ਹਰਿਆਣਾ ਦੀ ਖੱਟਰ ਸਰਕਾਰ ਦੇ ਵੱਲੋਂ ਕਰਨਾਲ ਦੇ ਵਿੱਚ ਜੋ ਕਿਸਾਨਾਂ ਤੇ ਤਸ਼ੱਦਦ ਢਾਇਆ ਗਿਆ ਹੈ ਉਸ ਦੇ ਖਿਲਾਫ ਉਸ ਦੇ ਰੋਸ ਦੇ ਵਿੱਚ ਸਿੰਘੂ ਬਾਰਡਰ ਤੇ ਥੋੜੀ ਦੇਰ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ ਹੋਈ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਕੱਲ ਨੂੰ ਇਸ ਘਟਨਾ ਨੂੰ ਲੈ ਕੇ ਸਵੇਰੇ 11 ਵਜੇ ਐਮਰਜੈਂਸੀ ਬੈਠਕ ਹੋਏਗੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਪੂਰਾ ਘਟਨਾਕਰਮ ਕੀ ਵਾਪਰਿਆ ਇਸ ਬੁਲੇਟਨ ਦੇ ਵਿੱਚ ਸਾਰਾ ਤੁਹਾਨੂੰ ਦੱਸਾਂਗੇ ਸਤਿ ਸ਼੍ਰੀ ਅਕਾਲ ਜੀ ਦਖਾਲਸ ਟੀਵੀ ਦੇ ਐਮਰਜੈਂਸੀ ਬੁਲੇਟਨ ਦੇ ਵਿੱਚ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਕੌਰ ਬੁਲੇਟਿਨ ਦੇ ਵਿੱਚ ਕਾਫੀ ਅਹਿਮ ਤੇ ਵੱਡੀਆਂ ਖਬਰਾਂ ਨੇ ਪੰਜਾਬ ਭਾਰਤ ਅਤੇ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਫਗਾਨਿਸਤਾਨ ਦੀਆਂ ਵੀ ਅਪਡੇਟਸ ਨੇ ਖਬਰਾਂ ਦੀ ਜਾਣਕਾਰੀ ਤੋਂ ਪਹਿਲਾਂ ਇੱਕ ਹੋਰ ਜਾਣਕਾਰੀ ਅਸੀਂ ਤੁਹਾਨੂੰ ਦੇ ਦਿੰਨੇ ਆ ਕਿ ਦਾ ਖਾਲਸ ਟੀਵੀ ਦਾ ਇੱਕ ਹੋਰ ਪਲੇਟਫਾਰਮ ਹੈ ਜਿਹੜਾ ਐਂਟਰਟੇਨਮੈਂਟ ਦਾ ਡਾਕਟਰ ਮਨੋਰੰਜਨ ਦਾ ਇਹ ਚੈਨਲ ਹੈ ਪਰ ਨਾਲ ਹੀ ਵਾਦਾ ਵੀ ਇਹ ਕੀਤਾ ਗਿਆ ਸੀ ਸਾਡੇ ਵੱਲੋਂ ਸ਼ੁਰੂਆਤ ਕਰਨ ਦੇ ਮੌਕੇ ਕਿ ਅਜਿਹਾ ਕੁਝ ਮਨੋਰੰਜਨ ਦੇ ਵਿੱਚ ਨਈਂ ਪਰੋਸਿਆ ਜਾਵੇਗਾ ਜਿਹੜਾ ਕਿ ਅਸ਼ਲੀਲ ਹੋਵੇ ਅਤੇ ਜਿਹੜਾ ਸਾਡੇ ਨੌਜਵਾਨਾਂ ਨੂੰ ਬੱਚਿਆਂ ਨੂੰ ਉਹਨਾਂ ਦੇ ਧਰਮ ਨਾਲੋਂ ਵਿਰਸੇ ਨਾਲੋਂ ਤੇ ਉਹਨਾਂ ਦੇ ਆਪਣੇ ਆਪ ਨਾਲੋਂ ਤੋੜਦਾ ਹੋਵੇ ਸੋ ਇੱਕ ਹੋਰ ਨਵੀਂ ਛੋਟੀ ਮੂਵੀ ਸੋਚ ਜਿਸਦਾ ਨਾਮ ਹੈ ਉਹ ਕੱਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਦੁਪਹਿਰ 1 ਵਜੇ ਐਂਟਰਟੇਨਮੈਂਟ ਦਾ ਡਾਕਟਰ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਸੋਚ ਮੂਵੀ ਦਾ ਟ੍ਰੇਲਰ ਅਸੀਂ ਤੁਹਾਨੂੰ ਖਬਰਾਂ ਤੋਂ ਪਹਿਲਾਂ ਦਿਖਾ ਰਹੇ ਹਾਂ ਕਿਉਂਕਿ ਸੁਨੇਹੇ ਨੇ ਜਿਹੜੇ ਬੜੇ ਜ਼ਰੂਰੀ ਹੁੰਦੇ ਨੇ ਜਿਹੜੇ ਆਪਾਂ ਮੂਵੀਜ਼ ਦੇ ਜ਼ਰੀਏ ਜਾਂ ਫਿਰ ਕਹਾਣੀਆਂ ਦੇ ਜ਼ਰੀਏ ਜਾਂ ਫਿਰ ਕਵਿਤਾਵਾਂ ਦੇ ਜ਼ਰੀਏ ਦੇਖ ਸਕਦੇ ਆ ਮੂਵੀ ਦਾ ਟ੍ਰੇਲਰ ਦੇਖੋ ਉਸ ਤੋਂ ਬਾਅਦ ਖਬਰਾਂ ਦੱਸਦੇ ਆ ਅੱਜ ਤੋਂ ਸਾਡੀ ਭਾਬੀ ਜੋ ਹੋਈ ਓਏ ਮੜੰਗਾ ਨਾ ਮੈਨੂੰ ਵੀ ਆਉਂਦੇ ਬੰਗੈ ਲੱਗਦਾ ਸਭ ਦਾ ਮੂੰਠਾ ਕਰਾਵਾਂਗੇ ਠੀਕ ਆ ਤੇ ਨਾજર ਸਿਓ ਨੂੰ ਮੇਰੇ ਵੱਲੋਂ ਪਤਾਈਆਂ ਨਹੀਂ ਤੂੰ ਚਾਰ ਦਿਨ ਖੜ ਜਾ ਜੇ ਨਾજર ਸਿਓ ਦੇ ਗੇਟ ਤੇ ਬੈਂਕ ਵਾਲੇ ਨਾ ਆਏ ਨਾ ਤਾਂ ਕਹ ਜੀ ਮੈਨੂੰ ਸੋਚ ਮੂਵੀ ਤੁਹਾਨੂੰ ਕਿਹੋ ਜਿਹੀ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਖਬਰਾਂ ਹੁਣ ਵਿਸਥਾਰ ਦੇ ਨਾਲ ਗੱਲ ਪਹਿਲਾਂ ਪੰਜਾਬ ਦੀ ਕਰਾਂਗੇ ਦੇਸ਼ ਦੇ ਵਿੱਚ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਵਿਡ-19 ਸੰਬੰਧੀ ਤਾਜ਼ਾ ਹੁਕਮ ਜਾਰੀ ਕੀਤੇ ਨੇ ਮੰਤਰਾਲੇ ਨੇ ਸੂਬਿਆਂ ਨੂੰ ਕਿਹਾ ਹੈ ਕਿ ਸਾਰੇ ਸੂਬਿਆਂ ਦੀਆਂ ਸਰਕਾਰਾਂ ਯਕੀਨੀ ਬਣਾਉਣ ਕਿ ਇੱਕ ਥਾਂ ਤੇ ਬਹੁਤੇ ਲੋਕ ਇਕੱਠੇ ਨਾ ਹੋਣ ਇਸ ਦੇ ਨਾਲ ਹੀ ਸੂਬੇ ਕਰੋਨਾ ਤੇ ਕਾਬੂ ਰੱਖਣ ਤੇ ਫੈਲਣ ਤੋਂ ਰੋਕਣ ਦੇ ਲਈ ਟੈਸਟ, ਟਰੈਕ, ਟਰੀਟ, ਵੈਕਸੀਨੇਸ਼ਨ ਤੇ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਮੰਤਰਾਲੇ ਨੇ ਪਹਿਲਾਂ ਤੋਂ ਜਾਰੀ ਕੋਵਿਡ ਦੇਸ਼ਾ ਨਿਰਦੇਸ਼ਾਂ ਦੀ ਜਿਹੜੀ ਮਿਆਦ ਹੈ ਉਹ 30 ਸਤੰਬਰ ਤੱਕ ਹੋਰ ਵਧਾ ਦਿੱਤੀ ਹੈ ਹੁਣ ਕਰਨਾਲ ਦੀ ਤੁਹਾਨੂੰ ਵੱਡੀ ਖਬਰ ਦੱਸਦੇ ਹਾਂ ਜਿੱਥੇ ਖੱਟਰ ਸਰਕਾਰ ਨੇ ਕਿਸਾਨਾਂ ਦੇ ਸਿਰ ਪਾੜੇ ਤੇ ਹੱਡ ਭੰਨੇ ਤੇ ਗ੍ਰਿਫਤਾਰ ਕੀਤੇ ਕਰਨਾਲ ਦੇ ਵਿੱਚ ਬੀਜੇਪੀ ਦੀ ਸੂਬਾ ਪਧਰੀ ਮੀਟਿੰਗ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਤੇ ਪੁਲਿਸ ਨੇ ਭਾਰੀ ਲਾਠੀ ਚਾਰਜ ਕੀਤਾ ਤੇ ਉਹਨਾਂ ਨੂੰ ਖੇਤਾਂ ਦੇ ਵਿੱਚ ਖੜੇੜ ਦਿੱਤਾ ਲਾਠੀ ਚਾਰਜ ਇੱਕ ਵਾਰ ਨਹੀਂ ਹੋਇਆ ਸਗੋਂ ਕਈ ਵਾਰ ਹੋਇਆ ਲਾਠੀ ਚਾਰਜ ਵਿੱਚ ਕਈ ਕਿਸਾਨ ਗੰਭੀਰ ਜ਼ਖਮੀ ਹੋ ਗਏ ਖੱਟਰ ਦੇ ਪ੍ਰੋਗਰਾਮ ਵੱਲ ਜਾਣ ਲਈ ਇਕੱਠੇ ਹੋ ਰਹੇ ਕਿਸਾਨਾਂ ਤੇ ਇੱਕ ਵਾਰੀ ਪਹਿਲਾਂ ਲਾਠੀ ਚਾਰਜ ਕੀਤਾ ਗਿਆ ਉਸ ਤੋਂ ਬਾਅਦ ਫਿਰ ਦੂਜੀ ਵਾਰੀ ਤੇ ਫਿਰ ਤੀਜੀ ਵਾਰੀ ਵੀ ਪੁਲਿਸ ਭਾਰੀ ਲਾਠੀਆਂ ਵਰਾਇਆਂ ਕਰਨਾਲ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਫੱਟੜ ਹੋਏ ਖੇਤਾਂ ਵਿੱਚ ਭਜਾ ਭਾ ਕੇ ਉਹਨਾਂ ਨੂੰ ਕੁੱਟਿਆ ਗਿਆ ਕਈ ਕਿਸਾਨਾਂ ਦੀਆਂ ਬਾਹਾਂ ਟੁੱਟ ਗਈਆਂ ਸਿਰ ਵੀ ਕਈਆਂ ਦੇ ਪਾਟ ਗਏ 50 ਤੋਂ ਵੱਧ ਕਿਸਾਨ ਜ਼ਖਮੀ ਹੋਏ ਨੇ ਗ੍ਰਿਫਤਾਰ ਵੀ ਕਈ ਕਿਸਾਨਾਂ ਨੂੰ ਕੀਤਾ ਗਿਆ ਸੂਚਨਾ ਮਿਲਦਿਆਂ ਹੀ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਕਰਨਾਲ ਪਹੁੰਚ ਗਏ ਲਾਠੀ ਚਾਰ ਤੇ ਵਿਰੋਧ ਵਿੱਚ ਕਿਸਾਨਾਂ ਨੇ ਮੁੜ ਵਿਸਤਾੜਾ ਟੋਲ ਪਲਾਜ਼ਾ ਜਾਮ ਕਰ ਦਿੱਤਾ ਕਿਸਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਨੈਸ਼ਨਲ ਹਾਈਵੇ ਤੇ ਵਿਰੋਧ ਕਰ ਰਹੇ ਸੀ ਜਦੋਂ ਪੁਲਿਸ ਨੇ ਕਿਸਾਨਾਂ ਦੇ ਉੱਤੇ ਇੱਕਦਮ लाठी चार्ज ਕਰ ਦਿੱਤਾ लाठी चार्ज ਤੋਂ ਬਾਅਦ ਕਿਸਾਨਾਂ ਦੇ ਕੀ ਹਾਲਾਤ ਹੋਏ ਨੇ ਖੂਨ ਦੇ ਨਾਲ ਲਥਪਥ ਹੋਏ ਕਿਸਾਨਾਂ ਨੂੰ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਹੀ ਹੋਣਾ ਕਿਸਾਨਾਂ ਨੇ ਖੱਟਰ ਦੇ ਵਿਰੋਧ ਵਿੱਚ ਨੈਸ਼ਨਲ ਹਾਈਵੇ ਤੇ ਕਰੋਂਡਾ ਟੋਲ ਪਲਾਜ਼ੇ ਨੂੰ ਜਾਮ ਕੀਤਾ ਹੋਇਆ ਸੀ ਪਰ ਪੁਲਿਸ ਵੱਲ ਦਾ ਪ੍ਰਯੋਗ ਕਰਕੇ ਕਿਸਾਨਾਂ ਨੂੰ ਭਜਾਇਆ ਗਿਆ ਖੱਟਰ ਦੇ ਨਾਲ ਸੂਬੇ ਦੇ ਸਾਰੇ ਸੰਸਦ ਮੈਂਬਰ ਵਿਧਾਇਕ ਤੇ ਪਾਰਟੀ ਦੇ ਹੋਰ ਲੀਡਰ ਪੰਚਾਇਤੀ ਚੋਣਾਂ ਦੀ ਰਣਨੀਤੀ ਤਿਆਰ ਕਰਨ ਲਈ ਕਰਨਾਲ ਪਹੁੰਚੇ ਹੋਏ ਸੀ ਲਾਠੀ ਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਪੂਰੇ ਹਰਿਆਣਾ ਦੇ ਵਿੱਚ ਜਾਮ ਦਾ ਸਰਦਾ ਦੇ ਦਿੱਤਾ ਲਾਠੀ ਚਾਰਜ ਤੋਂ ਬਾਅਦ ਹੋਈ ਪੱਥਰਬਾਜ਼ੀ ਕਾਰਨ ਜੀਟੀ ਰੋਡ ਵਿੱਚ ਫਸੇ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਕਿਸਾਨਾਂ ਨੇ ਸ਼ੁੱਕਰਵਾਰ ਦੀ ਰਾਤ ਨੂੰ ਹੀ ਇਸ ਮੀਟਿੰਗ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਸੀ ਕਿਸਾਨਾਂ ਨੇ ਕਰਨਾਲ ਦੇ ਗੁਰਦੁਆਰਾ ਡੇਰਾ ਕਾਰ ਸੇਵਾ 'ਚ ਇਕੱਠੇ ਹੋਣਾ ਸੀ ਪਰ ਪੁਲਿਸ ਨੇ ਘਟਨਾ ਵਾਲੀ ਥਾਂ ਅਤੇ ਰੇਲਵੇ ਰੋਡ ਨੂੰ ਜਾਣ ਵਾਲੇ ਸਾਰੇ ਰਾਹਾਂ ਨੂੰ ਸੀਲ ਕਰ ਦਿੱਤਾ ਇਸ ਕਾਰਨ ਸ਼ਹਿਰ ਦੇ ਆਮ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਜਦੋਂ ਆਲੇ-ਦੁਆਲੇ ਦੇ ਪਿੰਡਾਂ ਤੋਂ ਸ਼ਹਿਰ ਆਏ ਪਿੰਡ ਵਾਸੀਆਂ ਨੂੰ ਸ਼ਹਿਰ ਵਿੱਚ ਦਾਖਲਾ ਨਾ ਮਿਲਿਆ ਤਾਂ ਉਹਨਾਂ ਨੇ ਸਥਾਨਕ ਲੋਕਾਂ ਦੇ ਨਾਲ ਸ਼ਹਿਰ ਵਿੱਚ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਵੀ ਕੀਤਾ ਗੁਰਨਾਮ ਸਿੰਘ ਚੜੂਨੀ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਚੜੂਨੀ ਨੇ ਕਿਸਾਨਾਂ ਨੂੰ ਪੁਲਿਸ ਦੀ ਗੁੰਡਾਗਰਦੀ ਦਾ ਡਟ ਕੇ ਮੁਕਾਬਲਾ ਕਰਨ ਦਾ ਹੌਸਲਾ ਦਿੱਤਾ ਉਹਨਾਂ ਨੇ ਸਾਰੇ ਕਿਸਾਨਾਂ ਨੂੰ ਹਰਿਆਣਾ ਦੇ ਸਾਰੇ ਟੋਲ ਪਲਾਜ਼ਿਆਂ ਤੇ ਜਾਂ ਜਿੱਥੇ ਵੀ ਕਿਤੇ ਕਿਸਾਨ ਰੋਡ ਜਾਮ ਕਰਦੇ ਨੇ ਉੱਥੇ ਤੁਰੰਤ ਰੋਡ ਜਾਮ ਕਰਨ ਦੇ ਲਈ ਕਿਹਾ ਗੁਰਨਾਮ ਸਿੰਘ ਚੜੂਨੀ ਨੇ ਗ੍ਰਿਫਤਾਰ ਕਿਸਾਨਾਂ ਨੂੰ ਰਿਹਾ ਕਰਨ ਤੱਕ ਹਰਿਆਣਾ ਦੀਆਂ ਸਾਰੀਆਂ ਸੜਕਾਂ ਤੇ ਸਾਰੇ ਟੋਲ ਪਲਾਜ਼ਾ ਜਾਮ ਰੱਖਣ ਦਾ ਐਲਾਨ ਕਰ ਦਿੱਤਾ इस दडूूनी ने ही ये जानकारी दी कि मुख्यमंत्री मनोहर लाल खट्टर इस मसले के हाई लेवल मीटिंग करेंगे करनाल के अंदर जरूरत से ज्यादा करोड़ता पे सरकार उतराई है और वहां पे इकट्ठे भी नहीं होने दे रहे हैं और वहाँ पे आर्डर दिया गया है कि जो आता है उसको लठ मारो करनाल के अंदर आज मुख्यमंत्री का प्रोग्राम था तो हमारे लोग बस्ताड़ा टोल पे जो करनाल से करीब पंद्रह किलोमीटर दूर है वहां पे इकट्ठे हो रहे थे ਮਹੀਂ ਪੇ ਜਾ ਕੇ ਪੁਲਿਸ ਨੇ ਉਹਨਾਂ ਨੂੰ ਘੇਰਾ ਹੈ ਔਰ ਬਹੁਤ ਬੁਰੀ ਤਰ੍ਹਾਂ ਸੇ ਲਾਠੀ ਚਾਰਜ ਕੀਤਾ ਹੈ ਕਰਨਾਲ ਦੇ ਵਿੱਚ ਕਿਸਾਨਾਂ ਤੇ ਹੋਏ ਇਸ ਵੱਡੇ ਲਾਠੀ ਚਾਰਜ ਤੋਂ ਸਾਰੇ ਕਿਸਾਨ ਲੀਡਰ ਤਤੇ ਹੋ ਗਏ ਸਿੰਘੂ ਬਾਰਡਰ ਤੋਂ ਕਿਸਾਨ ਲੀਡਰ ਦਰਸ਼ਨਪਾਲ ਨੇ ਕਿਹਾ ਕਿ ਪੁਲਿਸ ਨੇ ਕਿਸਾਨਾਂ ਤੇ ਲਾਠੀ ਚਾਰਜ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਹੈ ਹੱਡੀਆਂ ਤੋੜ ਦਿੱਤੀਆਂ ਗਈਆਂ ਨੇ ਤੇ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਸਾਨ ਲੀਡਰ ਦਰਸ਼ਨਪਾਲ ਨੇ ਵੀ ਸਾਰੇ ਕਿਸਾਨਾਂ ਨੂੰ ਸ਼ਾਮ 5 ਵਜੇ ਤੱਕ ਸਾਰੇ ਰੋਡ ਜਾਮ ਕਰਨ ਦਾ ਸੱਦਾ ਦੇ ਦਿੱਤਾ। ਹਰਿਆਣਾ ਸਰਕਾਰ ਨੂੰ ਦਰਸ਼ਨਪਾਲ ਨੇ ਚੇਤਾਵਨੀ ਦਿੱੰਦਿਆ ਕਿਹਾ ਕਿ ਜੇ ਪੁਲਿਸ ਨੇ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਨ ਨਾ ਕੀਤਾ ਅਤੇ ਜ਼ਖਮੀ ਹੋਏ ਕਿਸਾਨਾਂ ਦੇ ਹਾਲਾਤ ਜੇ ਬਹੁਤੇ ਖਰਾਬ ਹੋਏ ਤਾਂ ਹਰਿਆਣਾ ਪੁਲਿਸ ਅਤੇ ਹਰਿਆਣਾ ਪ੍ਰਸ਼ਾਸਨ ਦੇ ਖਿਲਾਫ ਅੰਦੋਲਨ ਹੋਰ ਤਿੱਖਾ ਕਰਾਂਗੇ। ਕਿਸਾਨਾਂ ਨੇ ਲਾਠੀ ਚਾਰ ਦੇ ਰੋਸ ਵਿੱਚ ਕਿਸਾਨ ਲੀਡਰਾਂ ਦੇ ਸੱਦੇ ਤੇ ਪਾਣੀ ਪੱਥੇ ਸਾਰ ਫਤਿਹਬਾਦ ਅਤੇ ਦਿੱਲੀ ਨੂੰ ਜਾਂਦੇ ਹੋਏ ਰਾਂ ਜਾਮ ਕਰ ਦਿੱਤੇ। आज करनाल के पास घरौंडा टोल प्लाजा में हरियाणा पुलिस ने बहुत ही ब्रूटल लाठी चार्ज करके जहां एक तरफ दर्जनों किसानों को गंभीर जख्मी किया है जिसमें बहुत सारे किसानों की हड्डियां टूटी हैं सर फोड़े हैं और तरह तरह की जख्म जो है शरीर पर आए हैं किसानों के वहीं दूसरी तरफ सैकड़ों किसानों को जो भी जा रहे थे जा रहे थे उनको गिरफ्तार कर लिया गया है इस बर्बरता का विरोध करने के लिए संयुक्त किसान मोर्चा की तरफ से किसान नेताओं ने फैसला किया है कि हरियाणा में सब टोल प्लाजा के ऊपर और टोल प्लाजा के बगैर भी जहां आप लोग इकट्ठे हो सकते हो ज्यादा से ज्यादा गिनती से इकट्ठे होके रोड ब्लॉक करना है और ये रोड जाम ਸ਼ਾਮ ਕੇ 5 ਵਜੇ ਤੱਕ ਰੱਖਣਾ ਹੈ ਸ਼ਾਮ से 5 बजे के बाद रोड्स को खोल देना है ਇਸ ਸਾਰੇ ਕਟਨਾਕਰਮ ਦੇ ਦਰਮਿਆਨ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਦੇ ਡੀਐਮ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਬੋਲ ਰਹੇ ਨੇ ਸਿਰ ਪਾੜ ਦਿਓ ਇੱਕ ਵੀ ਕਿਸਾਨ ਸੁੱਕਾ ਨਾ ਜਾਵੇ ਲਾਠੀ ਚਾਰਜ ਦਾ ਹੁਕਮ ਦੇਣ ਵਾਲੇ ਹਰਿਆਣਾ ਸਰਕਾਰ ਦੇ ਡਿਊਟੀ ਮੈਜਿਸਟਰੇਟ ਦਾ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ ਵੀਡੀਓ ਕਹਿ ਰਿਹਾ ਹੈ ਕਿ ਡੀਐਮ ਕੁਝ ਪੁਲਿਸ ਮੁਲਾਜ਼ਮਾਂ ਨੂੰ ਸਖਤ ਨਿਰਦੇਸ਼ਾਂ ਨਿਰਦੇਸ਼ ਤੇ ਰਹੇ ਨੇ ਉਹ ਕਹਿ ਰਹੇ ਨੇ ਕਿ ਲਾਏ ਗਏ ਨਾਕੇ ਤੋਂ ਪਰ ਇੱਕ ਵੀ ਬੰਦਾ ਨਹੀਂ ਜਾਣਾ ਚਾਹੀਦਾ ਜੇ ਕੋਈ ਜਾਣ ਦੀ ਕੋਸ਼ਿਸ਼ ਕਰੇ ਤਾਂ ਲਾਠੀਆਂ ਵਾਰਾ ਦਿਓ ਤੇ ਸਿਰ ਪਾਟਣਾ ਚਾਹੀਦਾ ਇਦੇ ਵਿੱਚ ਡੀਐਮ ਸਿੱਧਾ ਕਿਸਾਨਾਂ ਨੂੰ ਫੱਟੜ ਕਰਨ ਦੇ ਹੁਕਮ ਦੇ ਰਿਹਾ ਹੈ ਡੀਐਮ ਕਹਿ ਰਿਹਾ ਸੀ ਕਿ ਉਹ ਦੋ ਦਿਨ ਤੋਂ ਜਾ ਕੇ ਡਿਊਟੀ ਕਰ ਰਿਹਾ ਹੈ ਤੇ ਹੁਕਮ ਡੀਐਮ ਦੀ ਹਸਿਆਤ ਨਾਲ ਦੇ ਰਿਹਾ ਡੀਐਮ ਦਾ ਕਹਿਣਾ ਹੈ ਕਿ ਉਸ ਦੇ ਹੁਕਮਾਂ ਤੋਂ ਬਾਅਦ ਕਿਸੇ ਦਿਸ਼ਾ ਨਿਰਦੇਸ਼ ਦੀ ਲੋੜ ਨਹੀਂ ਹੈ ਉਸ ਤੋਂ ਬਾਅਦ ਡੀਐਮ ਆਪਣੇ ਮੁਲਾਜ਼ਮਾਂ ਨੂੰ ਪੁੱਛਦੇ ਵੀ ਨੇ ਕਿ ਕੋਈ ਡਾਊਟ ਤਾਂ ਮੁਲਾਜ਼ਮ ਨਾਂ ਦੇ ਵਿੱਚ ਸਿਰ ਹਿਲਾ ਦਿੰਦੇ ਨੇ ਡਿਊਟੀ ਮੈਜਿਸਟਰੇਟ ਮੁਲਾਜ਼ਮਾਂ ਨੂੰ ਲਾਠੀ ਚਾਰਜ ਦਾ ਹੁਕਮ ਦੇ ਕੇ ਵਾਪਸ ਚਲਾ ਜਾਂਦਾ ਹੈ ਚੰਨ ਤੇ ਫੇ ਬੰਦੀਆਂ ਦੀ ਮੀਟਿੰਗ ਹੋ ਰਹੀ ਹੈ ਐਮਰਜੈਂਸੀ ਮੀਟਿੰਗ ਬੁਲਾਈ ਹੈ 11 ਵਜੇ ਉਸ ਤੋਂ ਬਾਅਦ ਅੰਦਰ ਵਿੱਚ ਤੈਅ ਹੋਵੇਗਾ ਐਸਕੇਮ ਦੀ ਮੀਟਿੰਗ ਹੋਸਲ ਹੈ ਉਸ ਤੋਂ ਅਗਲੇ ਦਿਨ ਬੁਲਾ ਕੇ ਇਹ ਸਾਰਾ ਕੁਝ ਤੈਅ ਹੋਵੇਗਾ ਉਸ ਅਫਸਰ ਤੇ ਤੱਕੀ ਪ੍ਰੂਵੀ ਕਰਵੀ ਹੋਵੇਗੀ ਔਰ ਬਿਲਕੁਲ ਖਤਰ ਸਰਕਾਰ ਨੇ ਇਸ ਗੱਲ ਤੋਂ ਵਾਰਨਿੰਗ ਦਿੱਤੀ ਜਾਂਦੀ ਹੈ ਵੀ ਇਦਾਂ ਦੇ ਅਫਸਰਾਂ ਨੂੰ ਬਿਲਕੁਲ ਬਰਖਾਸਤ ਕੀਤਾ ਜਾਵੇ ਜਿਹੜੇ ਅਫਸਰ ਡੀਓਟੀ ਰਜਿਸਟਰ ਹੋਣ ਦੇ ਨਾਤੇ ਉਹ ਤਸੱਲਾ ਤੇ ਗਾਠੀ ਕਾਇਲ ਤੇ ਸਿਰਫ ਫੋੜਨੀ ਗੱਲਾਂ ਕਰਦੇ ਨੇ ਉਹਨਾਂ ਨੂੰ ਕੁਰਸੀ ਦੇ ਉੱਪਰ ਬੈਣ ਦਾ ਕੋਈ ਹੱਕ ਨਹੀਂ ਹੋਣਾ ਬੰਬੜਾ ਰਿਹਾ ਉੱਥੇ ਪਹੁੰਚ ਕੇ ਸਾਰਿਆਂ ਦੇ ਜਿੱਥੇ ਹਰਿਆਣੇ ਦੇ ਕਿਸਾਨ ਕਹਿਣਗੇ ਉੱਥੇ ਨਾਲ ਸੀ ਬੈਠਾ ਨੂੰ ਅੱਜ ਤੱਕ ਇਹ ਛਾਂਤ ਮਈ ਅੰਦੋਲਨ ਨੂੰ ਸਰਕਾਰ ਬਿਲਕੁਲ ਜਾਨੀ ਕਿ ਵੀ ਭੰਗ ਕਰਨਾ ਚਾਹੁੰਦੀ ਹੈ ਇਹ ਮਨਸੂਬੇ ਕਦੀ ਕਾਮਯਾਬ ਨਹੀਂ ਹੋਣਗੇ ਅਸੀਂ ਇਸ ਚੀਜ਼ ਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਇਹ ਕੰਮ ਜੇਕਰ ਸਰਕਾਰਾਂ ਕਰਨਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਿੱਟੇ ਜਿਹੜੇ ਨੇ ਉਹ ਗੰਭੀਰ ਨਿਕਲਣਗੇ ਔਰ ਨਾਲ ਦੀ ਨਾਲ ਆਪਸ ਵਿੱਚ ਬੰਨਣੇ ਇਹ ਗੱਲ ਕਹਿ ਦਿੱਤੀਏ ਵੀ ਜਿੱਥੇ-ਜਿੱਥੇ ਵੀ ਸੜਕਾਂ ਤੇ ਕਿਸਾਨਾਂ ਨੂੰ ਬੈਠਣ ਦੀ ਲੋੜ ਹੈਗੀ ਉੱਥੇ ਬੈਠਾ ਜਾਵੇ ਔਰ ਹਰਿਆਣੇ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਨੇ ਭਾਵੇਂ ਹਾਈਵੇ ਭਾਵੇਂ ਕੋਈ ਦੂਜੀ ਰੋਡ ਹੈਗੀ ਆ ਉਹਨਾਂ ਨੂੰ ਬੰਦ ਕੀਤਾ ਜਾਵੇ। ਤੋਂ ਕਿਸਾਨਾਂ ਦੇ ਉੱਤੇ ਹੋਏ ਇਸ ਪੁਲਸੀਆ ਤਸ਼ੱਦਦ ਦਾ तकरीबन ਸਾਰੇ ਕਿਸਾਨ ਦਰਦੀ ਵਿਰੋਧ ਕਰ ਰਹੇ ਨੇ ਆਮ ਆਦਮੀ ਪਾਰਟੀ ਨੇ ਵੀ ਕਰਨਾਲ ਵਿੱਚ ਕਿਸਾਨਾਂ ਤੇ ਹੋਏ ਲਾਠੀ ਚਾਰਜ ਬਾਰੇ ਬੋਲਦਿਆਂ ਕਿਹਾ ਕਿ ਕਰਨਾਲ ਦੇ ਵਿੱਚ ਬੀਜੇਪੀ ਦੀ ਬੈਠਕ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਰੋਧ ਚ ਲੱਤੇ ਕਿਸਾਨਾਂ ਤੇ ਮੋਦੀ ਦੀ ਪੁਲਿਸ ਨੇ ਭਾਰੀ ਲਾਠੀ ਚਾਰਜ ਕੀਤਾ ਹੈ ਮੋਦੀ ਜੀ ਯਾਦ ਰੱਖਣਾ ਕਿਸਾਨਾਂ ਦਾ ਡੋਲ ਰਿਹਾ ਇਹ ਖੂਨ ਤੁਹਾਡੀ ਸਰਕਾਰ ਦੇ ਅੰਤ ਦਾ ਕਾਰਨ ਬਣੇਗਾ ਇਹ ਆਮ ਆਦਮੀ ਪਾਰਟੀ ਦੇ ਸੰਸਦ ਸੰਜੀਤ ਸਿੰਘ ਨੇ ਕਿਹਾ ਤੇ ਨਾਲ ਲਿਖਿਆ ਸਾਡਾ ਮਾਨ ਅਭਿਮਾਨ ਸਾਡਾ ਕਿਸਾਨ ਕਿਸਾਨਾਂ ਦੇ ਲਈ ਤਾਮਿਲਨਾਡ ਤੋਂ ਇੱਕ ਚੰਗੀ ਖਬਰ ਆਈ ਹੈ ਜਿੱਥੇ ਵਿਧਾਨ ਸਭਾ ਨੇ ਮਤਾ ਪਾਸ ਕਰਕੇ ਕੇਂਦਰ ਨੂੰ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ। ਕਿਸਾਨ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਰੀ ਇਲਾਕਿਆਂ ਵਿੱਚ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਇਹ ਕਹਿੰਦਿਆਂ ਉਹਨਾਂ ਨੇ ਮਤਾ ਪਾਸ ਕਰ ਦਿੱਤਾ ਹਾਲਾਂਕਿ ਮੁਖ ਵਿਰੋਧੀ ਧਿਰ AAI ADMK ਅਤੇ ਇਸ ਦੀ ਸਹਿਯੋਗੀ ਭਾਰਤੀ ਜਨਤਾ ਪਾਰਟੀ ਨੇ ਇਸ ਮੁੱਦੇ ਤੇ ਵਾਕਆਊਟ ਕਰ ਦਿੱਤਾ। ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਮੁੱਖ ਮੰਤਰੀ ਐਮ ਕੇ ਸਟਾਲਨ ਨੇ ਖੁਦ ਇਹ ਮਤਾ ਪੇਸ਼ ਕੀਤਾ। ਪੰਜਾਬ ਦੀ ਸਿਆਸਤ ਨਾਲ ਜੁੜੀਆਂ ਵੱਡੀਆਂ ਖਬਰਾਂ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਖਬਰ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਤੋਂ ਦੂਜੇ ਸੂਬੇ ਦੇ ਵਿੱਚ ਨਿੱਜੀ ਵਾਹਨਾਂ ਦੇ ਤਬਾਦਲੇ ਦੇ ਲਈ ਰਜਿਸਟ੍ਰੇਸ਼ਨ ਹੁਣ ਸੌਖੀ ਕਰ ਦਿੱਤੀ ਗਈ ਹੈ ਸੜਕੀ ਆਵਾਜਾਈ ਮੰਤਰਾਲੇ ਨੇ ਸੂਬਿਆਂ ਦੇ ਵਿਚਾਲੇ ਨਿੱਜੀ ਵਾਹਨਾਂ ਦੇ ਸੌਖੇ ਤਬਾਦਲੇ ਦੇ ਲਈ ਨਵੀਂ ਰਜਿਸਟ੍ਰੇਸ਼ਨ ਲੜੀ ਸ਼ੁਰੂ ਕੀਤੀ ਹੈ ਯਾਨੀ ਕਿ ਜੇ ਤੁਸੀਂ ਹਰਿਆਣਾ ਦੇ ਵਿੱਚ ਰਹਿੰਦੇ ਹੋ ਪੰਜਾਬ ਤੋਂ ਗੱਡੀ ਖਰੀਦੀ ਹੈ ਤੇ ਉਸ ਦਾ ਨੰਬਰ ਤਬਦੀਲ ਕਰਵਾਉਣਾ ਹੈ ਰਜਿਸਟ੍ਰੇਸ਼ਨ ਕਰਵਾਉਣੀ ਹੈ ਤਾਂ ਉਹ ਪ੍ਰਕਿਰਿਆ ਸੌਖੀ ਹੋ ਗਈ ਹੈ ਮੰਤ੍ਰਾਲੇ ਨੇ ਇਸ ਵਿਵਸਥਾ ਦੇ ਤਹਿਤ ਨਵੇਂ ਰਜਿਸਟ੍ਰੇਸ਼ਨ ਚਿੰਨ੍ਹ ਭਾਰਤ ਸੀਰੀਜ਼ ਨੂੰ ਨੋਟੀਫਾਈ ਕੀਤਾ ਹੈ ਜਿਸ ਨੂੰ BH ਸੀਰੀਜ਼ ਕਿਹਾ ਜਾਂਦਾ ਹੈ ਇਸ ਤਹਿਤ ਵਾਹਨ ਮਾਲਕਾਂ ਨੂੰ ਇੱਕ ਸੂਬਾ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਦੂਸਰੇ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਤਬਦੀਲ ਹੋਣ ਤੇ ਦੁਬਾਰਾ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੋਏਗੀ ਇੱਕ ਵੱਡੀ ਖਬਰ ਹੈ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਬਿਆਨ ਦਿੱਤੇ ਹੈ ਕਿ ਹੈ ਕਿ ਭਾਰਤ ਸੀਰੀਜ਼ ਦੇ ਤਹਿਤ ਇਹ ਸਹੂਲਤ ਉਨ੍ਹਾਂ ਕਰਮਚਾਰੀਆਂ ਨੂੰ ਮਿਲੇਗੀ ਜੋ ਰੱਖਿਆ ਕਰਮੀ ਨੇ ਜਾਂ ਫਿਰ ਕੇਂਦਰ ਜਾਂ ਸੂਬਾ ਜਾਂ ਨਿੱਜੀ ਖੇਤਰ ਦੇ ਕਰਮਚਾਰੀ ਚਾਰੀ ਜਿਨ੍ਹਾਂ ਦੇ ਦਫ਼ਤਰ ਕਈ ਸੂਬਿਆਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਹਨ ਯਾਨੀ ਕਿ ਉਹਨਾਂ ਦੇ ਦਫ਼ਤਰਾਂ ਦੀ ਇੱਕ ਚੇਨ ਬਣੀ ਹੋਈ ਹੈ ਤੇ ਉਹਨਾਂ ਨੂੰ ਇੱਕ ਸੂਬੇ ਤੋਂ ਦੂਸਰੇ ਸੂਬੇ ਦੇ ਵਿੱਚ ਜੇ ਜਾਣਾ ਪਵੇ ਤਾਂ ਉਹਨਾਂ ਨੂੰ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਪਵੇਗੀ ਯਾਨੀ ਕਿ ਇਹ ਰਾਹਤ ਹੈਗੀ ਹੈ ਉਹ ਸਾਰੇ ਲੋਕਾਂ ਦੇ ਲਈ ਨਹੀਂ ਹੈ ਸਿਰਫ ਕਰਮਚਾਰੀਆਂ ਦੇ ਲਈ ਹੈ ਜਿਹੜੇ ਰੱਖਿਆ ਕਰਮਚਾਰੀ ਨੇ ਜਾਂ ਫਿਰ ਕੇਂਦਰ ਸੂਬਾ ਸਰਕਾਰਾਂ ਦੇ ਵਿੱਚ ਨੇ ਜਾਂ ਫਿਰ ਨਿੱਜੀ ਖੇਤਰ ਦੇ ਉਹ ਕਰਮਚਾਰੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਦਫ਼ਤਰ ਕਈ ਸੂਬਿਆਂ ਦੇ ਵਿੱਚ ਸਥਿਤ ਨੇ BH ਲੜੀ ਦਾ ਰਜਿਸਟ੍ਰੇਸ਼ਨ ਚਿੰਨ YYBH ਉਸ ਤੋਂ ਬਾਅਦ ਨੰਬਰ ਫਿਰ XX ਹੋਵੇਗਾ YY ਦਾ ਮਤਲਬ ਪਹਿਲੀ ਰਜਿਸਟ੍ਰੇਸ਼ਨ ਦਾ ਸਾਲ ਹੋਵੇਗਾ BH ਭਾਰਤ ਲੜੀ ਦਾ ਕੋਡ ਹੋਵੇਗਾ ਉਸ ਤੋਂ ਬਾਅਦ ਦੋ ਚਿੰਨ ਹੈਗੇ ਨੇ ਤੇ ਇੱਕ ਹੋਰ ਚਿੰਨ ਚਾਰ ਅੰਕਾਂ ਦੀ ਸੰਖਿਆ ਹੋਵੇਗੀ ਉਸ ਤੋਂ ਬਾਅਦ ਚਾਰ ਅੰਕਾਂ ਦੀ ਗਿਣਤੀ ਹੋਵੇਗੀ ਤੇ ਫਿਰ XX ਦੋ ਅੱਖਰ ਹੋਣਗੇ ਇਸ ਰਜਿਸਟ੍ਰੇਸ਼ਨ ਚਿੰਨ ਵਾਲੇ ਵਾਹਨਾਂ ਦੇ ਮਾਲਕਾਂ ਨੂੰ ਕਿਸੇ ਹੋਰ ਸੂਬੇ ਵਿੱਚ ਤਬਦੀਲ ਹੋਣ ਤੇ ਦੁਬਾਰਾ ਰਜਿਸਟ੍ਰੇਸ਼ਨ ਕਰਨ ਦੀ ਲੋੜ ਨ ਨਹੀਂ ਹੋਏਗੀ ਖਬਰ ਵੱਡੀ ਹੈ ਪਰ ਸਭ ਦੇ ਲਈ ਨਹੀਂ ਹੈ ਪੰਜਾਬ ਦੀ ਸਿਆਸਤ ਜਾਂ ਕਹਿ ਲਈਏ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਪੁਚਾਲ ਦੀ ਗੱਲ ਕਰ ਲਈਏ ਤਾਂ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ ਇਹ ਮੁਲਾਕਾਤ ਕਰੀਬ 1.5 ਘੰਟਾ ਚੱਲੀ ਮੁਲਾਕਾਤ ਤੋਂ ਬਾਅਦ ਰਾਵਤ ਨੇ ਕਿਹਾ ਕਿ ਅਗਲੇ 2-3 ਦਿਨਾਂ ਦੇ ਵਿੱਚ ਉਹ ਚੰਡੀਗੜ੍ਹ ਜਾਣਗੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮੁਰਿੰਦਰ ਸਿੰਘ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨਗੇ ਰਾਵਤ ਨੇ ਕਿਹਾ ਕਿ ਰਾਹੁਲ ਗਾਂਧੀ ਨਾਲ ਬਹੁਤ ਹੀ ਵਿਸਥਾਰ ਚ ਗੱਲਬਾਤ ਹੋਈ ਹੈ ਤੇ ਹਰ ਪੱਖ ਤੋਂ ਨਾਲ ਹੀ ਉਹ ਕੈਪਟਨ ਦੀ ਤਾਰੀਫ ਕਰਦੇ ਵੀ ਦਿਖੇ ਕਹਿੰਦੇ ਕੈਪਟਨ ਦੀ ਅਗਵਾਈ ਚ ਬਹੁਤ ਚੰਗੇ ਕੰਮ ਹੋਏ ਨੇ 18 ਸੂਤਰੀ ਪ੍ਰੋਗਰਾਮ 24 ਬਹੁਤ ਸਾਰੇ ਕੰਮ ਹੋ ਚੁੱਕੇ ਨੇ ਜਦੋਂ रावत ਤੋਂ ਪੁੱਛਿਆ ਗਿਆ ਕਿ ਅਹੁਦਾ ਛੱਡਣ ਬਾਰੇ ਜੋ ਉਹਨਾਂ ਨੇ ਮੰਗ ਕੀਤੀ ਸੀ ਉਸ ਦਾ ਕੀ ਬਣਿਆ ਤਾਂ ਹਰੀਸ਼ रावत ਨੇ ਕਿਹਾ ਕਿ ਮੈਂ ਤਾਂ ਆਪਣੇ ਪੰਜਾਬ ਦੇ ਸਾਥੀਆਂ ਨਾਲ ਮਜ਼ਾਕ ਚ ਗੱਲ ਕਹੀ ਸੀ ਪਾਰਟੀ ਦੀ ਜ਼ਿੰਮੇਵਾਰੀ ਨੂੰ ਮੈਂ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗਾ ਤੇ ਉਦੋਂ ਸਿੱਧੂ ਦੀਆਂ ਕੀਤੀਆਂ ਜਾਂਦੀਆਂ ਟਿੱਪਣੀਆਂ ਤੋਂ ਬਾਅਦ ਵੀ ਹਾਈ ਕਮਾਂਡ ਦੀ ਚੁੱਪ ਤੋਂ ਹੈਰਾਨ ਪਰੇਸ਼ਾਨ ਮਨੀਸ਼ ਦਿਵਾੜੀ ਨੇ ਕਿਛ ਵਿਅੰਗਮਈ ਅੰਦਾਜ਼ ਦੇ ਵਿੱਚ ਸ਼ੇਰੋ ਸ਼ਾਇਰੀ ਕੀਤੀ ਹੈ ਆਪਣੇ ਸ਼ਾਇਰੀ ਵਾਲੇ ਅੰਦਾਜ਼ ਨਾਲ ਦੂਸਰੇ ਲੀਡਰਾਂ ਤੇ ਵਿਅੰਗ ਕਰਨ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਹੀ ਲੀਡਰ ਤੇ ਲੋਕ ਸਭਾ ਸੰਸਦ ਮੈਂਬਰ ਮਨੀਸ਼ ਦਿਵਾੜੀ ਨੇ ਸ਼ੇਰੋ ਸ਼ਾਇਰੀ ਰਾਹੀਂ ਕੋਜੀ ਚੋ ਬਲਾਈ ਹੈ ਦਿਵਾੜੀ ਨੇ ਟਵੀਟ ਕੀਤਾ ਹਮ ਆਹਾ ਵੀ ਭਰਤੇ ਹਨ ਤੋਂ ਹੋ ਜਾਂਦੇ ਹਨ ਬਦਨਾਮ ਉਹ ਕਤਲ ਵੀ ਕਰਤੇ ਹਨ ਤੋਂ ਚਰਚਾ ਨਹੀਂ ਹੁੰਦਾ ਤੀਵਾੜੀ ਨੇ ਆਪਣੇ ਟਵੀਟ ਦੇ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜ ਜਿਹਦੇ ਵਿੱਚ ਸਿੱਧੂ ਕਹਿ ਰਹੇ ਨੇ ਕਿ ਮੈਂ ਹਾਈ ਕਮਾਂਡ ਨੂੰ ਕਿਹਾ ਕਿ ਉਹ ਮੈਨੂੰ ਫੈਸਲੇ ਲੈਣ ਦੇਣ ਤੇ ਮੈਂ ਯਕੀਨੀ ਬਣਾਵਾਂਗਾ ਸੂਬੇ ਵਿੱਚ ਅਗਲੇ 2 ਦਹਾਕਿਆਂ ਤੱਕ ਕਾਂਗਰਸ ਤਰੱਕੀ ਕਰੇਗੀ ਨਹੀਂ ਤਾਂ ਮੈਂ ਕਿਸੇ ਨੂੰ ਛੱਡਾਂਗਾ ਨਹੀਂ ਮੈਂ ਇੱਟ ਦੇ ਨਾਲ ਇੱਟ ਖੜਕਾ ਦੇਵਾਂਗਾ ਉਹ ਵੀਡੀਓ ਹੈ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਉਹ 2 ਦਿਨ ਪਹਿਲਾਂ ਦੀ ਹੈ ਉਹ ਤਿਵਾੜੀ ਨੇ ਸਾਂਝੀ ਕੀਤੀ ਹੈ ਇਸੇ ਦਰਮਿਆਨ ਪੰਜਾਬ ਕਾਂਗਰਸ ਸਰਕਾਰ ਦੇ ਲਈ ਇੱਕ ਹੋਰ ਵੱਡੀ ਚੁਣੌਤੀ ਸਾਹਮਣੇ ਆ ਕੇ ਖੜੀ ਹੋ ਗਈ ਹੈ ਆਮ ਆਦਮੀ ਪਾਰਟੀ ਅਤੇ ਕਾਲੀ ਦਲ ਸਮੇਤ ਵਿਰੋਧੀ ਪਾਰਟੀਆਂ ਨੇ ਕੈਪਟਨ ਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਵਿਧਾਨ ਸਭਾ ਚ ਆਪਣਾ ਬਹੁਮਤ ਸਾਬਤ ਕਰਨ ਦੀ ਚੁਣੌਤੀ ਦੇ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਇੱਕ ਵਫਦ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਰਾਜਪਾਲ ਨੂੰ ਮਿਲਿਆ ਤੇ ਦਾਵਾ ਕੀਤਾ ਕਿ ਕਾਂਗਰਸ ਸਰਕਾਰ ਇਸ ਵਕਤ ਘੱਟ ਗਿਣਤੀ ਵਿੱਚ ਹੈ ਵਫਦ ਨੇ ਮੰਗ ਕੀਤੀ ਹੈ ਕਿ ਸੂਬਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ ਮੁੱਖ ਮੰਤਰੀ ਨੂੰ ਸਦਨ ਦੇ ਵਿੱਚ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਦੇ ਨਿਰਦੇਸ਼ ਦਿੱਤੇ ਜਾਣ ਆਮ ਆਦਮੀ ਪਾਰਟੀ ਵੱਲੋਂ ਜਾਰੀ ਬਿਆਨ ਦੇ ਮੁਤਾਬਿਕ ਪਾਰਟੀ ਲੀਡਰਾਂ ਨੇ ਕਿਹਾ ਕਿ ਜੇਕਰ ਮਰਿੰਦਰ ਸਿੰਘ ਅਗਲੇ 7 ਦਿਨਾਂ ਵਿੱਚ ਸਰਕਾਰ ਦਾ ਬਹੁਮਤ ਸਾਬਤ ਕਰਨ ਦੇ ਵਿੱਚ ਅਸਫਲ ਰਹਿੰਦੇ ਨੇ ਤਾਂ ਵਿਧਾਨ ਸਭਾ ਨੂੰ ਤੁਰੰਤ ਭੰਗ ਕਰ ਦੇਣਾ ਚਾਹੀਦਾ ਹੈ ਦਰਅਸਲ 117 ਮੈਂਬਰੀ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ 80 ਵਿਧਾਇਕ ਨੇ ਤੇ ਇਹਨਾਂ ਵਿੱਚੋਂ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਤਾਂ ਖੁੱਲੀ ਬਗਾਵਤ ਕਰ ਦਿੱਤੀ ਹੈ ਹੁਣ ਕਾਂਗਰਸ ਦੇ ਵਿੱਚ ਦੋ ਧੜੇ ਬਣ ਗਏ ਨੇ ਤੇ ਚੀਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਵਿਧਾਇਕਾਂ ਤੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਗਵਾ ਦਿੱਤਾ ਇਸੇ ਦਰਮਿਆਨ ਸੁਖਬੀਰ ਸਿੰਘ ਬਾਦਲ ਨੇ ਵੀ ਅਮਰਿੰਦਰ ਸਿੰਘ ਦੀ ਵੋਇਵਾਲੀ ਸਰਕਾਰ ਨੂੰ ਆਪਣਾ ਬਹੁਮਤ ਸਾਬਤ ਕਰਨ ਦੇ ਲਈ ਕਿਹਾ ਹੈ ਸੂਬਾ ਮੁੱਖ ਮੰਤਰੀ ਕੈਪਟਨ ਨੂੰ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ਦੇ ਵਿੱਚ ਅਵਿਸ਼ਵਾਸ ਪ੍ਰਸਤਾਵ ਦਾ ਸਾਹਮਣਾ ਹਰ ਹਾਲ ਵਿੱਚ ਕਰਨਾ ਪਏਗਾ ਕਿਉਂਕਿ ਉਹਨਾਂ ਨੇ ਆਪਣੇ ਜ਼ਿਆਦਾਤਰ ਮੰਤਰੀਆਂ ਅਤੇ ਵਿਧਾਇਕਾਂ ਦਾ ਵਿਸ਼ਵਾਸ ਗਵਾ ਦਿੱਤਾ ਹੈ ਤੇ ਉਹਨਾਂ ਨੂੰ ਅਹੁਦੇ 'ਤੇ ਬਣੇ ਰਹਿਣ ਦਾ ਅਧਿਕਾਰ ਨਹੀਂ ਹੈ ਇਹ ਕਹਿਣਾ ਹੈ ਸੁਖਬੀਰ ਸਿੰਘ ਬਾਦਲ ਦਾ ਉਧਰ ਸਾਬਕਾ ਉਪ ਰਾਜਪਾਲ ਤੇ ਸਾਬਕਾ ਰਾਜ ਸਭਾ ਮੈਂਬਰ ਡਾਕਟਰ ਕਮਾਲ ਸਿੰਘ ਨੇ 올 ਇੰਡੀਆ ਕਾਂਗਰਸ ਕਮੇਟੀ ਪ੍ਰਧਾਨ ਸੁਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤਾਂ ਤੇ ਚਿੰਤਾ ਪ੍ਰਗਟਾਈ ਹੈ ਉਹਨਾਂ ਲਿਖਿਆ ਕਿ ਮੈਂ ਇੱਕ ਟਕਸਾਲੀ ਕਾਂਗਰਸੀ ਹੋਣ ਦੇ ਨਾਤੇ ਪਿਛਲੇ ਸਮੇਂ ਤੋਂ ਅਬ ਵਿਚਾਲੇ ਪਾਰਟੀ ਦੇ ਹਾਲਾਤ ਤੋਂ ਕਾਫੀ ਫਿਕਰਮੰਦ ਹਾਂ ਚੋਣਾਂ ਸਿਰ ਤੇ ਆ ਰਹੀਆਂ ਨੇ ਕਾਂਗਰਸ ਸਰਕਾਰ ਦਾ ਕਲੇਸ਼ ਖਤਮ ਨਹੀਂ ਹੁੰਦਾ ਦਿਖਾਈ ਦੇ ਰਿਹਾ ਇਸ ਦਰਮਿਆਨ ਸਰਕਾਰ ਹੋਰ ਮੁੱਦਿਆਂ ਤੋਂ ਲਾਹਾ ਚੁਕਣਾ ਚਾਹੁੰਦੀ ਹੈ ਚੋਣਾਂ ਨੇੜੇ ਵੇਖ ਕੇ ਹੁਣ ਕੈਪਟਨ ਸਰਕਾਰ ਨੇ ਸਿਆਸੀ ਨਫੇ ਨੁਕਸਾਨ ਬਾਰੇ ਥੋੜਾ ਬਹੁਤ ਸੋਚਣਾ ਤਾਂ ਸ਼ੁਰੂ ਕਰ ਦਿੱਤਾ ਕਿਉਂਕਿ ਕੈਪਟਨ ਮਰਿੰਦਰ ਸਿੰਘ ਨੇ ਹੁਣ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੇ ਲਈ ਲਿਖਤੀ ਪ੍ਰਵਾਨਗੀ ਦੇ ਦਿੱਤੀ ਹੈ ਕੈਪਟਨ ਨੇ ਪਾਵਰ ਕਾਮ ਨੂੰ ਇਹਨਾਂ ਸਮਝੌਤਿਆਂ ਬਾਰੇ ਕਾਨੂੰਨੀ ਪੱਖ ਮਜ਼ਬੂਤ ਰੱਖਣ ਦੀ ਹਦਾਇਤ ਕਰਦੇ ਹਨ ਪ੍ਰਾਈਵੇਟ ਤਾਪ ਬਿਜਲੀ ਘਰਾਂ ਨੂੰ ਨੋਟਿਸ ਦੇਣ ਲਈ ਕਹਿੰਦਾ ਹੈ ਮੁੱਖ ਮੰਤਰੀ ਨੇ ਜੀਵੀਕੇ ਪਾਵਰ ਲਿਮਟਿਡ ਅਤੇ ਦਮੋਦਰ ਵੈਲੀ ਕਾਰਪੋਰੇਸ਼ਨ ਦੇ ਰਗੁਨਾਥਪੁਰ ਥਰਮਲ ਪ੍ਰੋਜੈਕਟ ਦੇ ਨਾਲ ਹੋਏ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਲਈ 18 ਅਗਸਤ ਜਦ ਕੇ ਤਲਵੰਡੀ ਸਾਬੋ ਪਾਵਰ ਪਲਾਂਟ ਤੇ ਰਾਜਪੁਰਾ ਥਰਮਲ ਪਾਵਰ ਪਲਾਂਟ ਨਾਲ ਹੋਏ ਸਮਝੌਤੇ ਰੱਦ ਕਰਨ ਦੀ 25 ਅਗਸਤ ਨੂੰ ਪ੍ਰਵਾਨਗੀ ਦਿੱਤੀ ਹੈ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰਕੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਨੁਕਸਦਾਰ ਬਿਜਲੀ ਖਰੀਦ ਸਮਝੌਤੇ ਹੋਏ ਨੇ ਉਹ ਰੱਦ ਕੀਤੇ ਜਾਣਗੇ ਪੰਜਾਬ ਦੇ ਖਜ਼ਾਨੇ ਦੇ ਸਿਰ ਤੋਂ ਵੱਜਵੇਂ ਖਰਚਿਆਂ ਦਾ ਭਾਰ ਲਾਉਂਦੇ ਹੋਏ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਹੀ ਦਿੱਤੀ ਜਾ ਰਹੀ 10 ਹਜ਼ਾਰ ਕਰੋੜ ਤੋਂ ਵੱਧ ਦੀ ਬਿਜਲੀ ਸਬਸਿਡੀ ਦੇ ਨਾਲ ਨਾਲ ਘਰੇਲੂ ਵਰਤੋਂ ਲਈ 3 ਰੁਪਏ ਪ੍ਰਤੀ ਯੂਨਿਟ ਤੇ ਉਦਯੋਗਿਕ ਵਰਤੋਂ ਦੇ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਵੀ ਅਸੀਂ ਮੁਹੱਈਆ ਕਰਵਾਵਾਂਗੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕੈਪਟਨ ਸਾਹਿਬ ਦੇ ਖਾਸਮ ਖਾਸ ਰਾਣਾ ਗੁਰਜੀਤ ਸਿੰਘ ਨੂੰ ਵੱਡਾ ਝਟਕਾ ਲੱਗਿਆ ਬੁੱਟਰ ਸਵੀਆ ਸਮੇਤ ਦੋ ਹੋਰ ਪਿੰਡਾਂ ਦੀਆਂ ਪੰਚਾਇਤਾਂ ਬੁੱਟਰ ਖੁਰਦ ਅਤੇ ਦਿਆਲਗੜ੍ਹ ਦੇ ਵੱਲੋਂ ਆਪਣੀਆਂ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੋਇਆਂ ਐਮਐਲਏ ਗੁਰਜੀਤ ਸਿੰਘ ਰਾਣਾ ਦੀ ਨਵੀਂ ਖੰਡ ਮਿਲ ਦੇ ਵਿੱਚ ਨਵੀਂ ਉਸਾਰੀ ਕਰਨ ਤੇ ਰੋਕ ਲਾਉਣ ਦਾ ਨੋਟਿਸ ਜਾਰੀ ਕਰ ਦਿੱਤਾ ਹੈ ਸੋ ਰਾਣਾ ਦੀ ਖੰਡ ਮਿਲ ਨੂੰ ਨੋਟਿਸ ਜਾਰੀ ਕਰਕੇ ਇਹਦੇ ਵਿੱਚ ਕਿਹਾ ਗਿਆ ਕਿ ਇਹ ਸਥਾਨਕ ਖੇਤਰ ਵਿੱਚ ਵਾ ਇਹ ਪ੍ਰਦੂਸ਼ਣ ਕਾਰਨ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਉਸ ਕਰਕੇ ਮਿਲ ਪ੍ਰਬੰਧਕੀ ਟੀਮ ਦੇ ਵੱਲੋਂ ਕਿਸ ਪਿੰਡ ਦੇ ਵਿੱਚ ਕਿਸੇ ਵੀ ਕਿਸਮ ਦੀ ਨਵੀਂ ਉਸਾਰੀ ਕਰਨ ਤੇ ਅਸੀਂ ਮੁਕੰਮਲ ਰੋਕ ਲਾਉਂਦੇ ਆ ਸਥਾਨਕ ਲੋਕਾਂ ਨੇ ಗ್ರಾಮ ਸਭਾ اجلاس ਵਿੱਚ ਇਹ ਹੁਕਮ ਜਾਰੀ ਕੀਤਾ ਕਿ ਜਦੋਂ ਤੱਕ ਇਹਨਾਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਰੋਕ ਜਾਰੀ ਰਹੇਗੀ ਸੋ ਇਹ ਤਿੰਨਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੇ ਇਹ ਚਿੱਠੀ ਹੈ ਜਿਹੜੀ ਉਸ ਦਾ ਉਤਾਰਾ ਸੀਐਮ ਕੈਪਟਨ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਸਿਹਤ ਮੰਤਰੀ ਕੇਂਦਰੀ ਵਾਤਾਵਰਣ ਮੰਤਰੀ ਸਮੇਤ ਹੋਰ ਬਹੁਤ ਸਾਰੇ ਵਿਭਾਗਾਂ ਨੂੰ ਇਸ ਤੇ ਉਤਾਰੇ ਨੇ ਜਿਹੜੇ ਭੇਜੇ ਗਏ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਖਬਰ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੱਲਿਆਂਵਾਲਾ ਬਾਗ ਯਾਦਗਾਰ ਦਾ ਵਰਚੁਅਲ ਉਦਘਾਟਨ ਕੀਤਾ ਗਿਆ ਯਾਨੀ ਕਿ ਹੁਣ ਜੱਲਿਆਂਵਾਲਾ ਬਾਗ ਹੈ ਜਿਹੜਾ 1 ਸਾਲ ਤੋਂ ਵੀ ਵੱਧ ਸਮੇਂ ਤੋਂ ਬਾਅਦ ਲੋਕਾਂ ਦੇ ਲਈ ਖੁੱਲੇਗਾ ਪਰ ਨਰੇਂਦਰ ਮੋਦੀ ਦੇ ਉਦਘਾਟਨ ਕਰਨ ਤੋਂ ਪਹਿਲਾਂ ਹੀ ਇੱਥੇ ਨੌਜਵਾਨ ਜਥੇਬੰਦੀਆਂ ਨੇ ਵਿਰੋਧ ਕੀਤਾ ਬਾਗ ਦੇ ਬਾਹਰ ਧਰਨਾ ਦਿੱਤਾ ਧਰਨਾ ਦੇਣ ਵਾਲੀਆਂ ਜਥੇਬੰਦੀਆਂ ਦੇ ਵਿੱਚ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਅਤੇ ਕਿਸਾਨ ਜਥੇਬੰਦੀ ਦੇ ਕਾਰਕੁਨ ਸ਼ਾਮਿਲ ਸਨ ਪ੍ਰਦਰਸ਼ਨਕਾਰੀ ਝੰਡੇ ਬੈਨਰ ਤੇ ਤਖਤੀਆਂ ਲੈ ਕੇ ਜੱਲਿਆਂਵਾਲਾ ਬਾਗ ਦੇ ਬਾਹਰ ਧਰਨੇ ਤੇ ਬਹਿ ਗਏ ਨੌਜਵਾਨ ਭਾਰਤ ਸਭਾ ਦੇ ਭੁਪਿੰਦਰ, ਰੁਪਿੰਦਰ ਸਿੰਘ ਮੰਗਾਜ਼ਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਸੀ ਕਿ ਭਾਜਪਾ ਲੀਡਰਾਂ ਦਾ ਵਿਰੋਧ ਕੀਤਾ ਜਾਏਗਾ ਉਹ ਬੋਲਣ ਨਹੀਂ ਦਿੱਤਾ ਜਾਏਗਾ ਇਸੇ ਤਹਿਤ ਅਸੀਂ 20 ਪ੍ਰਧਾਨ ਮੰਤਰੀ ਦੇ ਵਰਚੁਅਲ ਪ੍ਰੋਗਰਾਮ ਦਾ ਵਿਰੋਧ ਕੀਤਾ ਹੈ ਉਹਨਾਂ ਕਿਹਾ ਕਿ ਕਿਸੇ ਵੀ ਬੀਜੇਪੀ ਲੀਡਰ ਨੂੰ ਵਰਚੁਅਲੀ ਬੋਲਣ ਨਹੀਂ ਦਿੱਤਾ ਜਾਏਗਾ ਉਹਨਾਂ ਦੋਸ਼ ਲਾਇਆ ਕਿ ਬੀਜੇਪੀ ਸਰਕਾਰ ਸੁੰਦਰੀ ਕਰਨ ਦੇ ਨਾਂ ਤੇ ਸ਼ਹੀਦੀ ਯਾਦਗਾਰ ਦੇ ਇਤਿਹਾਸ ਦੇ ਨਾਲ ਛੇੜਛਾੜ ਕਰ ਰਹੀ ਹੈ ਇਸ ਦੇ ਹਿੰਦੂ ਇਤਿਹਾਸ ਨੂੰ ਹਿੰਦੂਵਾਦ ਦੇ ਨਜ਼ਰੀਏ ਤੋਂ ਦਰਸਾਉਣਾ ਚਾਹੁੰਦੀ ਹੈ ਜਿਸ ਤੇ ਨੌਜਵਾਨ ਜਥੇਬੰਦੀਆਂ ਨੂੰ ਸਖਤ ਇਤਰਾਜ਼ ਹੈ ਇਸ ਲਈ ਅਸੀਂ ਵਿਰੋਧ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕੁਝ ਦਿਨਸਲਾ ਕਰ ਰਹੀ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਦੇਸ਼ ਧਰੋਦਾ ਦਰਜ ਮੁਕੱਦਮਾ ਦਰਜ ਕਰਵਾਉਣ ਦੀ ਮੰਗ ਕੀਤੀ ਹੈ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਮਾਲੀ ਦੇ ਖਿਲਾਫ ਦੇਸ਼ ਧਰੋਦਾ ਦਰਜ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਮਾਲੀ ਨੇ ਕਸ਼ਮੀਰ ਉੱਤੇ ਭਾਰਤ ਵੱਲੋਂ ਜ਼ਬਰੀ ਕਬਜ਼ਾ ਕੀਤੇ ਜਾਣ ਦੀ ਗੱਲ ਕੀਤੀ ਹੈ ਤੇ ਪਣ ਹੀ ਦੇਸ਼ ਦੇ ਲੋਕਾਂ ਨੂੰ ਭੜਕਾਇਆ ਹੈ ਮਜੀਠੀਆ ਨੇ ਕਿਹਾ ਕਿ ਮਾਲੀ ਦਾ ਅਸਤੀਫਾ ਕਾਫੀ ਨਹੀਂ ਹੈ ਮਾਲੀ ਖਿਲਾਫ ਦੇਸ਼ ਤਰੋ ਦਾ ਮੁਕਦਮਾ ਦਰਜ ਹੋਣਾ ਹੀ ਚਾਹੀਦਾ ਤੇ ਜੇਕਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਤੇ ਹੁਕਮ ਨਹੀਂ ਦਿੰਦੇ ਤਾਂ ਸਪਸ਼ਟ ਹੋ ਜਾਏਗਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਸੋਚ ਤਾਲੀਬਾਨ ਦੇ ਨਾਲ ਰਲਈ ਹੋਈ ਹੈ ਮਜੀਠੀਆ ਨੇ ਇਹ ਵੀ ਦਾਵਾ ਕੀਤਾ ਕਿ ਪੰਜਾਬ ਦੀ ਇਕਲੌਤੀ ਪਾਰਟੀ ਅਕਾਲੀ ਦਲ ਹੈ ਜੋ ਸੂਬੇ ਦਾ ਭਲਾ ਕਰ ਸਕਦੀ ਹੈ ਬਾਕੀ ਸਾਰੇ ਤਾਂ ਸੂਬੇ ਨੂੰ ਲੁੱਟਣ ਤੇ ਹੀ ਲੱਗੇ ਰਹਿੰਦੇ ਨੇ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਪਰਚਾ ਦਰਜ ਹੋਣ ਤੋਂ ਬਾਅਦ ਵੀ ਪੰਜਾਬੀ ਗਾਇਕ ਗੁਰਦਾਸ ਮਾਨ ਦੀਆਂ ਮੁਸ਼ਕਲਾਂ ਖਤਮ ਨਹੀਂ ਹੁੰਦੀਆਂ ਦਿਖਾਈ ਦੇ ਰਹੀਆਂ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਗੁਰਦਾਸ ਮਾਨ ਦਾ ਪੁਤਲਾ ਫੂਕਿਆ ਗਿਆ ਹੈ ਪੰਜਾਬੀ ਯੂਨੀਵਰਸਿਟੀ ਵਿੱਚ ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਨੁਮਾਇੰਦਿਆਂ ਨੇ ਭਾਈ ਕਾਨ ਸਿੰਘ ਨਾਵਾ ਲਾਇਬ੍ਰੇਰੀ ਦੇ ਸਾਹਮਣੇ ਗੁਰਦਾਸ ਮਾਨ ਦੀ ਅਰਥੀ ਫੂਕੀ ਸੈਫੀ ਪਾਰਟੀ ਨੇ ਵਾਈਸ ਚਾਂਸਲਰ ਨੂੰ ਮੰਗ ਪੱਤਰ ਸੌਂਪ ਕੇ ਜਿਹੜੀ ਮੰਗ ਕੀਤੀ ਹੈ ਕਿ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਗੁਰਦਾਸ ਮਾਨ ਦੀ ਡੀ ਲਿਟ ਦੀ ਡਿਗਰੀ ਨੂੰ ਤੁਰੰਤ ਵਾਪਸ ਲਿਆ ਜਾਵੇ ਜਥੇਬੰਦੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਚਿੱਠੀ ਲਿਖਦਿਆਂ ਧਾਰਮਿਕ ਨਿਯਮਾਂ ਦੇ ਮੁਤਾਬਿਕ ਗੁਰਦਾਸ ਮਾਨ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ ਸੈਫੀ ਕਾਇਦੇ ਪ੍ਰਧਾਨ ਯਦਵਿੰਦਰ ਸਿੰਘ ਨੇ ਕਿਹਾ ਕਿ ਗੁਰਦਾਸ ਮਾਨ ਦੀ ਸਟਿੱ ਪਹੁੰਚਾਈ ਹੈ ਪਹਿਲੀ ਵਾਰੀ ਨਹੀਂ ਇਹ ਉਹਨਾਂ ਕਹਿਆ ਕਿ ਗੁਰਦਾਸ ਮਾਨ ਨੇ ਇਸ ਤੋਂ ਪਹਿਲਾਂ ਵੀ 2019 ਵਿੱਚ ਕੈਨੇਡਾ ਦੇ ਇੱਕ ਰੇਡੀਓ ਚੈਨਲ ਤੇ ਗੱਲ ਕਰਦੇ ਆ ਪੰਜਾਬੀ ਭਾਸ਼ਾ ਪ੍ਰਤੀ ਨਕਾਰਾਤਮਕ ਭੂਮਿਕਾ ਜਿਹੜੀ ਹੈ ਨਕਾਰਾਤਮਕ ਭੂਮਿਕਾ ਨਿਭਾਈ ਸੀ ਤੇ ਜਦੋਂ ਚੱਲਦੇ ਸ਼ੋਅ ਦੌਰਾਨ ਚਰਨਜੀਤ ਸਿੰਘ ਦੇ ਵੱਲੋਂ ਇੱਕ ਸੰਕੇਤਕ ਵਿਰੋਧ ਕੀਤਾ ਗਿਆ ਤਾਂ ਗੁਰਦਾਸ ਮਾਨ ਨੇ ਬਹੁਤ ਹੀ ਘਾਟਿਆ ਦਰਜੇ ਦੀ ਸ਼ਬਦਾਵਲੀ ਵਰਤੀ ਜੋ ਕਿ ਨਿੰਦਨਯੋਗ ਸੀ ਉਦੋਂ ਵੀ ਇਸ ਜਥੇਬੰਦੀ ਨੇ ਗੁਰਦਾਸ ਮਾਨ ਨੂੰ ਜਿਹੜੀ 2012 ਦੇ ਵਿੱਚ 66 ਕਨਵੋਕੇਸ਼ਨ ਸਮੇਂ ਡੀਲਿਟ ਦੀ ਡਿਗਰੀ ਦਿੱਤੀ ਗਈ ਸੀ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ ਉਧਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਨਵੀਂ ਫਿਲਮ ਪਵਾੜਾ ਦਾ ਵਿਵਾਦ ਹੱਲਣ ਦਾ ਨਾਂ ਨਹੀਂ ਲੈ ਰਿਹਾ ਸੋਸ਼ਲ ਮੀਡੀਆ ਤੇ ਕੁਝ ਸਮਾਜਿਕ ਚਿੰਤਕ ਐਮੀ ਵਿਰਕ ਦੀ ਫਿਲਮ ਨੂੰ ਖੇਤੀ ਕਾਨੂੰਨਾਂ ਦੇ ਨਾਲ ਜੋੜ ਕੇ ਇਸ ਲਈ ਗੱਲ ਠਹਿਰਾ ਰਹੇ ਨੇ ਕਿਉਂਕਿ ਐਮੀ ਦੀ ਫਿਲਮ ਜੀ ਮੀਡੀਆ ਦੀ ਸਪான்ਸਰ ਹੈ ਤੇ ਜੀ ਮੀਡੀਆ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੇ ਖਿਲਾਫ ਖਬਰਾਂ ਚਲਾ ਕੇ ਮਾੜਾ ਪ੍ਰਚਾਰ ਕਰ ਰਿਹਾ ਹੈ ਫਿਲਮਾਂ ਦੇ ਵੱਡੇ ਪਰਦੇ ਤੇ ਆਉਣ ਤੋਂ ਬਾਅਦ ਐਮੀ ਵਿਰਕ ਲਗਾਤਾਰ ਲੋਕਾਂ ਦੇ ਨਿਸ਼ਾਨੇ ਤੇ ਹੈ ਕਿ ਲੋਕ ਐਮੀ ਵਿਰਕ ਨੂੰ ਚੰਗਾ ਮਾੜਾ ਸਭ ਕੁਝ ਕਹਿ ਰਹੇ ਨੇ ਇਸ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਨਵੀ ਐਮੀ ਵਿਰਖ ਦਾ ਵਿਰੋਧ ਠੱਲਣ ਦੀ ਕੋਸ਼ਿਸ਼ ਕੀਤੀ ਹੈ ਪੋਸਟਰ ਸੋਸ਼ਲ ਮੀਡੀਆ ਦੇ ਉੱਤੇ ਐਮੀ ਦੀ ਗਲਤੀ ਨੂੰ ਮਾਫ ਕਰਨ ਦੀ ਗੱਲ ਕਰ ਰਿਹਾ ਹੈ ਇਹਦੇ ਵਿੱਚ ਕਿਹਾ ਗਿਆ ਹੈ ਕਿ ਬੰਦੇ ਨੂੰ ਇੰਨਾ ਵੀ ਨਾ ਚੁਕਾਓ ਕਿ ਉਹ ਟੁੱਟ ਹੀ ਜਾਵੇ ਮੰਨ ਲਓ ਐਮੀ ਤੋਂ ਗਲਤੀ ਹੋਈ ਹੈ ਪਰ ਇਸ ਸਟੇਟਮੈਂਟ ਤੋਂ ਬਾਅਦ ਗਲਤੇ ਮਿੱਟੀ ਪਾਉਣੀ ਚਾਹੀਦੀ ਹੈ ਇੱਕ ਗਲਤੀ ਕਰਨ ਕਰਕੇ ਬੰਦੇ ਦੇ ਦੂਸਰੇ ਚੰਗੇ ਕੰਮਾਂ ਨੂੰ ਆਖੋ ਪਰੋਖੇ ਕਰਨਾ ਵੀ ਗਲਤ ਹੈ ਦਿੱਲੀ ਦੇ ਵਿੱਚ ਡੀਐਸਜੀਐਮਸੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਹਨਾਂ ਸਾਰੇ ਮੈਂਬਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਇਸ ਮੌਕੇ ਜਗੀਰ ਕੌਰ ਨੇ ਕਿਹਾ ਕਿ ਸਿਰਸਾ ਨੇ ਮਾਨਤਾ ਦੀ ਭਲਾਈ ਲਈ ਬਹੁਤ ਸਾਰੀਆਂ ਇਮਾਰਤਾਂ ਬਣਾਈਆਂ ਕਿਸਾਨਾਂ ਦਾ ਸਾਥ ਦਿੱਤਾ ਹੈ ਭਾਰਤੀ ਫੌਜ ਦੀ ਸਿੱਖ ਰੈਜਿਮੈਂਟ ਨੇ ਝਾਰਖੰਡ ਦੀ ਰਾਮਗੜ ਅਛਾਣੀ ਦੇ ਵਿੱਚ ਸਿੱਖ ਰੈਜਿਮੈਂਟਲ ਸੈਂਟਰ ਵਿੱਚ ਆਪਣੀ ਸਥਾਪਨਾ ਦੇ 175 ਸਾਲ ਪੂਰੇ ਹੋਣ ਤੇ ਸਮਾਗਮ ਕੀਤਾ ਸਿੱਖ ਰੈਜਿਮੈਂਟ ਭਾਰਤੀ ਫੌਜ ਦੀਆਂ ਸਾਰੀਆਂ ਰੈਜਿਮੈਂਟਾਂ ਵਿੱਚ ਸਭ ਤੋਂ ਵੱਧ ਸਨਮਾਨਿਤ ਹੈ ਸਮਾਰੋਹ ਦੀ ਸ਼ੁਰੂਆਤ ਰੈਜਿਮੈਂਟਲ ਵਾਰ ਮੈਮੋਰੀਅਲ ਦੇ ਵਿੱਚ ਸ਼ੁੱਧਾਂਝਲੀ ਪੇਂਟ ਕਰਨ ਦੇ ਨਾਲ ਹੋਈ ਜਿਸ ਤੋਂ ਬਾਅਦ ਸਿੱਖ ਰੈਜਿਮੈਂਟ ਦੇ ਕਰਨਲ ਲੈਫਟਿਨੈਂਟ ਜਰਨਲ ਪੀਜੀਕੇ ਮੈਨਨ ਨੇ ਵੀਡੀਓ ਕਾਨਫਰੰਸ ਰਾਹੀਂ ਫੌਜੀਆਂ ਨੂੰ ਸੰਬੋਧਨ ਕੀਤਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਖਿਰਕਾਰ ਕੇਸਾਂ ਦੀ ਸੁਣਵਾਈ ਕਦੋਂ ਹੋਵੇਗੀ ਕਿਉਂਕਿ ਮੁਲਤਵੀ ਕੀਤੀ ਜਾ ਰਹੀ ਹੈ ਹਾਈ ਕੋਰਟ ਨੇ 1 ਸਤੰਬਰ ਤੋਂ 30 ਸਤੰਬਰ ਵਿੱਚ ਲੱਗੇ ਕੇਸਾਂ ਦੀ ਸੁਣਵਾਈ 2 ਦਸੰਬਰ ਤੋਂ 17 ਜਨਵਰੀ 2022 ਦੀਆਂ ਤਰੀਕਾਂ ਦੇ ਲਈ ਮੁਲਤਵੀ ਕਰ ਦਿੱਤੀ ਹੈ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਰੈਗੂਲਰ ਜ਼ਮਾਨਤ ਅਪਰਾਧਿਕ ਸੋਧ ਜ਼ਮਾਨਤ ਹੈਬੀਸ ਕਾਰਪਸ ਪਟੀਸ਼ਨ ਅਪਰਾਧਿਕ ਰਿਟ ਪਟੀਸ਼ਨ ਦੇ ਐਨਆਈਸੀ ਵੱਲੋਂ ਮੁਲਤਵੀ ਨਹੀਂ ਕੀਤੀ ਜਾ ਸਕਦੀ ਇਹ ਕਿਹਾ ਹੈ ਦਿੱਲੀ ਦੀ ਅਦਾਲਤ ਨੇ ਪੰਜਾਬੀ ਗਾਇਕ ਅਤੇ ਅਭਿਨੇਤਾ ਯੋਜੋਹਨੀ ਸਿੰਘ ਨੂੰ ਉਸਦੀ ਪਤਨੀ ਵੱਲੋਂ ਦਾਇਰ ਕੀ ਰਹੀ ਹਿੰਸਾ ਦੇ ਕੇਸ ਵਿੱਚ ਪੇਸ਼ ਨਾ ਹੋਣ ਤੇ ਖਾਸੀ ਨਰਾਜ਼ਗੀ ਜ਼ਾਹਰ ਕੀਤੀ ਹੈ ਮੈਟਰੋਪੋਲੀਟਨ ਮੈਜਿਸਟਰੇਟ ਤਾਨਿਆ ਸਿੰਘ ਨੇ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ ਦੇਖ ਕੇ ਹੈਰਾਨ ਆ ਕਿ ਕਿਵੇਂ ਇਸ ਕੇਸ ਨੂੰ ਕਿੰਨੇ ਹਲਕੇ ਢੰਗ ਨਾਲ ਲਿਆ ਜਾ ਰਿਹਾ ਹੈ ਗਾਇਕ ਨੇ ਮੈਡੀਕਲ ਅਧਾਰ ਤੇ ਕੇਸ ਵਿੱਚ ਪੇਸ਼ੀ ਤੋਂ ਛੋਟ ਹੋਣ ਦੇ ਲਈ ਅਰਜ਼ੀ ਦਾਇਰ ਕੀਤੀ ਹੈ ਜਦ ਕਿ ਹਨੀ ਸਿੰਘ ਦੀ ਪਤਨੀ ਸ਼ਾਲਨੀ ਤਲਵਾਰ ਅਦਾਲਤ ਵਿੱਚ ਹਾਜ਼ਰ ਸੀ ਨਰਾਜ਼ਗੀ ਜ਼ਾਹਿਰ ਕਰਦੇ ਹਾਂ ਅਦਾਲਤ ਨੇ ਗਾਇਕ ਦੇ ਵਕੀਲ ਨੂੰ ਕਿਹਾ ਹਨੀ ਸਿੰਘ ਪੇਸ਼ ਨਹੀਂ ਹੋਇਆ ਤੁਸੀਂ ਉਹਨਾਂ ਦੀ ਆਮਦਨੀ ਦਾ ਹਲਫਨਾਮਾ ਦਾਖਲ ਨਹੀਂ ਕੀਤਾ ਤੇ ਦਲੀਲਾਂ ਤਿਆਰ ਨਹੀਂ ਕੀਤੀਆਂ ਇਹ ਕੋਈ ਮਜ਼ਾਕ ਹੋ ਰਿਹਾ ਹੈ ਮੈਜਿਸਟ੍ਰੇਟ ਨੇ ਗਾਇਕ ਹਨੀ ਸਿੰਘ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਇੱਕ ਆਖਰੀ ਮੌਕਾ ਦਿੱਤਾ ਸ਼ਾਲਨੀ ਤਲਵਾਰ ਨੇ ਆਪਣੇ ਗਾਇਕ ਦੇ ਅਦਾਕਾਰ ਪਤੀ ਵਿਰੁੱਧ ਘਰੇਲੂ ਹਿੰਸਾ ਦਾ ਕੇਸ ਦਾਇਰ ਕੀਤਾ ਹੈ ਤੇ ਮੁਆਵਜ਼ੇ ਦੇ ਵਜੋਂ 20 ਕਰੋੜ ਰੁਪਏ ਦੀ ਮੰਗ ਵੀ ਕੀਤੀ ਹੈ afghanistan ਦੇ ਹਾਲਾਤਾਂ ਦੀਆਂ ਕੁਝ ਅਹਿਮ ਅਪਡੇਟਸ ਤੁਹਾਨੂੰ ਦੱਸ ਦਿੰਨੇ ਆ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਬੰਬ ਧਮਾਕਿਆਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 170 ਦੱਸੀ ਜਾ ਰਹੀ ਹੈ ਤੇ ਇਹ ਗਿਣਤੀ ਹਾਲੇ ਹੋਰ ਵੀ ਵੱਧ ਸਕਦੀ ਹੈ ਅਮਰੀਕਾ ਨੇ ਇਸ ਦਰਮਿਆਨ ਕਿਹਾ ਹੈ ਕਿ ਅਸੀਂ ਲੋਕਾਂ ਨੂੰ ਉਥੋਂ ਕੱਢਣ ਦਾ ਮਿਸ਼ਨ ਆਪਣੀ ਮਿਆਦ ਦੇ ਆਖਰੀ ਪਲ ਤੱਕ ਜਾਰੀ ਰੱਖਾਂਗੇ ਯਾਨੀ ਕਿ 31 ਅਗਸਤ ਤੱਕ ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਇਸਲਾਮਿਕ ਸਟੇਟ ਦੇ ਵੱਲੋਂ ਹਮਲਿਆਂ ਦੇ ਖਤਰਿਆਂ ਦੇ ਬਾਵਜੂਦ ਇਹ ਵੈਕਿਊਏਸ਼ਨ ਦੀ ਸਮਾਂ ਸੀਮਾ ਦੇ ਆਖਰੀ ਪਲ ਤੱਕ ਅਸੀਂ ਕਾਬੁਲ ਦੇ ਵਿੱਚੋਂ ਲੋਕਾਂ ਨੂੰ ਕੱਢਦੇ ਰਹਿਾਂਗੇ ਪਰ ਆਖਰੀ ਪਲ ਤੋਂ ਬਾਅਦ ਵੀ ਜਿਹੜੇ ਲੋਕ ਉੱਥੇ ਰਹਿ ਜਾਣਗੇ ਉਹਨਾਂ ਦਾ ਕੀ ਉਸ ਬਾਰੇ ਅਮਰੀਕਾ ਕੋਈ ਵੀ ਬਿਆਨ ਨਹੀਂ ਦੇ ਰਿਹਾ ਇਸੇ ਦਰਮਿਆਨ ਵੱਡੀ ਖ਼ਬਰ ਇਹ ਹੈ ਕਿ ਅਮਰੀਕਾ ਨੇ ਅਫਗਾਨਿਸਤਾਨ ਦੇ ਵਿੱਚ ਆਈਐਸਆਈਐਸ ਕੇ ਦੇ ਸਾਜ਼ਿਸ਼ ਘਾੜੇ ਤੇ ਹਮਲਾ ਕੀਤਾ ਹੈ ਅਮਰੀਕੀ ਫੌਜ ਨੇ ਕਿਹਾ ਹੈ ਕਿ ਅਸੀਂ ਅਫਗਾਨਿਸਤਾਨ ਦੇ ਵਿੱਚ ਇਸਲਾਮਿਕ ਸਟੇਟ ਗਰੁੱਪ ਦੇ ਮੈਂਬਰਾਂ ਤੇ ਹਵਾਈ ਹਮਲਾ ਕੀਤਾ ਹੈ ਅਮਰੀਕੀ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਸਲਾਮੀ ਗਰੁੱਪ ਦੇ ਜਿਹੜੇ ਯੋਜਨਾ ਕਾੜੇ ਨੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਯਾਨਕਿ ਸਾਜ਼ਿਸ਼ ਰਚਣ ਵਾਲੇ ਦੇ ਵਿਰੁੱਧ ਡਰੋਨ ਹਮਲਾ ਕੀਤਾ ਹੈ ਅਮਰੀਕਾ ਨੇ ਅਫਗਾਨਿਸਤਾਨ ਦੇ ਵਿੱਚ ਕਾਬੁਲ ਹਵਾਈ ਅੱਡੇ ਤੇ ਹੋਏ ਆਤਮਕਾਤਿ ਬੰਬ ਧਮਾਕਿਆਂ ਦੇ 48 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਅਮਰੀਕਾ ਨੇ ਜਵਾਬੀ ਕਾਰਵਾਈ ਕੀਤੀ ਹੈ ਇਹ ਹਮਲਾ ਆਈਐਸਕੇ ਗਰੁੱਪ ਖਿਲਾਫ ਨਾਂਗਰ ਸੂਬੇ ਦੇ ਵਿੱਚ ਪਲੈਨਲ ਆਪਰੇਸ਼ਨ ਦੇ ਤਹਿਤ ਕੀਤਾ ਗਿਆ ਅਮਰੀਕਾ ਨੇ ਕਿਹਾ ਕਿ ਅਸੀਂ ਇਸ ਹਮਲੇ ਨੂੰ ਨਾਂਗਾ ਹਾਰ ਸੂਬੇ ਦੇ ਵਿੱਚ ਡਰੋਨ ਰਾਹੀਂ ਅੰਜਾਮ ਦਿੱਤਾ ਦਰਅਸਲ ਹਵਾਈ ਅੱਡੇ ਦੇ ਬਾਹਰ ਹੋਏ ਧਮਾਕਿਆਂ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਪ੍ਰੈਸ ਕਾਨਫਰੰਸ ਕਰਕੇ ਕਾਬਲ ਧਮਾਕੇ ਦੇ ਜ਼ਿੰਮੇਦਾਰਾਂ ਨੂੰ ਲੱਭ ਲੈਣ ਦਾ ਦਾਵਾ ਕੀਤਾ ਸੀ ਉਧਰ ਤਾਲੀਬਾਨ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਕਾਬੁਲ 에ਅਰਪੋਰਟ ਅੰਦਰ ਪੋਜੀਸ਼ਨਾਂ ਲੈ ਲਈਆਂ ਨੇ ਤੇ ਅਮਰੀਕੀ ਫੌਜ ਦੇ ਜਾਂਦਿਆਂ ਹੀ ਕੰਟਰੋਲ ਸਾਂਭ ਲਵਾਂਗੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਸਾਡੇ ਕੁਝ ਭਾਰਤੀ ਨਾਗਰਿਕ ਹਾਲੇ ਬਚੇ रह ਸਕਦੇ ਨੇ ਅਜਿਹੀ ਸੰਭਾਵਨਾ ਹੈ ਪਰ ਕੱਲ ਹੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਹਿ ਦਿੱਤਾ ਸੀ ਕਿ ਸਾਡੀ ਜਿਹੜੀ ਆਖਰੀ ਫਲਾਈਟ ਹੈ ਉਹਦੇ ਵਿੱਚ 40 ਜਣੇ ਭਾਰਤ ਪਹੁੰਚੇ ਨੇ ਪਰ ਜਿਹੜੇ ਬਾਕੀ ਉੱਥੇ ਰਹਿ ਗਏ ਉਹਨਾਂ ਨੂੰ ਕੌਣ ਤੇ ਕਿਵੇਂ ਲੈ ਕੇ ਆਊਗਾ ਇਸ ਬਾਰੇ ਕੁਝ ਵੀ ਸਪਸ਼ਟਿਕਰਨ ਨਹੀਂ ਹੈ ਕਾਬੁਲ ਦੇ ਵਿੱਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਤਾਲਿਬਾਨ ਨੇ ਮਹਿਲਾ ਸਿਹਤ ਵਰਕਰਾਂ ਨੂੰ ਕੰਮ ਤੇ ਵਾਪਸ ਆਉਣ ਲਈ ਕਹਿ ਦਿੱਤਾ ਤਾਲਿਬਾਨ ਦੇ ਬੁਲਾਰੇ ਜ਼ਬੀ ਹੁਲਾ ਮੁਜਾਹਿਦ ਦੇ ਟਵਿੱਟਰ ਹੈਂਡਲ ਤੇ ਲਿਖਿਆ ਗਿਆ ਹੈ ਕਿ ਇਸਲਾਮੀ ਅਮੀਰਾਤ ਦੇ ਸਿਹਤ ਮੰਤਰਾਲੇ ਨੇ ਸਾਰੀਆਂ ਮਹਿਲਾ ਸਿਹਤ ਕਰਮੀਆਂ ਨੂੰ ਕੇਂਦਰ ਤੇ ਸੂਬਿਆਂ ਦੇ ਵਿੱਚ ਨਿਯਮਤ ਤੌਰ ਤੇ ਆਪਣੇ ਕੰਮ ਤੇ ਵਾਪਸ ਆਉਣ ਨੂੰ ਕਿਹਾ ਇਸਲਾਮੀ ਕਮਰਾਤ ਦੇ ਵੱਲੋਂ ਉਹਨਾਂ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਪਾਈ ਜਾਏਗੀ ਅਮਰੀਕਾ ਵਿੱਚ ਪੈਂਟਾਗਨ ਨੇ ਕਿਹਾ ਕਿ ਕਾਬੁਲ ਹਵਾਈ ਅੱਡੇ ਦੇ ਬਾਹਰ ਸਿਰਫ ਇੱਕੋ ਧਮਾਕਾ ਹੋਇਆ ਸੀ ਜਦਕਿ ਹੁਣ ਤੱਕ ਖਬਰਾਂ ਇਹੀ ਚੱਲਦੀਆਂ ਰਹੀਆਂ ਨੇ ਕਿ ਦੋ ਬੰਬ ਬਰਤਾਨੀਆਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਸਾਡਾ ਮਿਸ਼ਨ ਅੱਜ ਖਤਮ ਹੋ ਜਾਏਗਾ ਬਰਤਾਨੀਆਂ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਨਿਕ ਕਾਰਟਰ ਨੇ ਕਿਹਾ ਕਿ ਸਾਨੂੰ ਨਿਰਾਸ਼ਾ ਹੈ ਕਿ ਕਈ ਲੋਕ ਅਫਗਾਨਿਸਤਾਨ ਦੇ ਵਿੱਚ ਹੀ ਰਹਿ ਜਾਣਗੇ ਹਾਲਾਂਕਿ ਜਨਰਲ ਕਾਰਟਰ ਨੇ ਉਮੀਦ ਜਿਤਾਈ ਹੈ ਕਿ ਜੋ ਲੋਕ ਪਿੱਛੇ ਛੁੱਟ ਗਏ ਨੇ 31 ਅਗਸਤ ਦੀ ਸਮਾਂ ਸੀਮਾ ਤੋਂ ਬਾਅਦ ਵੀ ਵਾਪਸ ਆ ਸਕਣਗੇ ਉਹਨਾਂ ਕਿਹਾ ਕਿ ਜੇ ਭਵਿੱਖ ਦੇ ਵਿੱਚ ਵੀ ਉਹਨਾਂ ਨੂੰ ਜ਼ਰੂਰਤ ਪਵੇਗੀ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਬੈਰਸ ਜੌਨਸਨ ਨੇ ਵੀ ਕਿਹਾ ਕਿ ਕਾਬੂ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਅਸੀਂ ਜ਼ਮੀਨ ਅਸਮਾਨ ਇੱਕ ਕਰ ਦੇਾਂਗੇ ਪਰ ਇਹ ਸਿਰਫ ਬਿਆਨ ਹੈ ਜਾਂ ਸੱਚਮੁੱਚ ਅਜਿਹਾ ਕੀਤਾ ਜਾਏਗਾ ਇਸ ਦਾ ਦਾਵਾ ਅਸੀਂ ਨਹੀਂ ਕਰ ਸਕਦੇ ਚੀਨ ਨੇ ਵੀ ਕਾਬਲ ਹਵਾਈ ਅੱਡੇ ਦੇ ਬਾਹਰ ਹੋਏ ਧਮਾਕਿਆਂ ਤੇ ਟਿੱਪਣੀ ਕਰਦਿਆਂ ਇਸ ਘਟਨਾ ਦੀ ਨਿੰਦਿਆ ਕੀਤੀ ਹੈ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਚਾਓ ਲੇਜian ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਧਮਾਕੇ ਅਫਗਾਨਿਸਤਾਨ ਦੀ ਸੁਰੱਖਿਆ ਸਥਿਤੀ ਨੂੰ ਦਰਸਾਉਂਦੇ ਨੇ ਕਿ ਉੱਥੇ ਹਾਲੇ ਵੀ ਹਾਲਾਤ ਬਹੁਤ ਹੀ ਗੰਭੀਰ ਨੇ ਜਿਹੜੇ ਉਹ ਬਣੇ ਹੋਏ ਨੇ ਇੱਕ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਚੀਨ ਦਾ ਇਹਨਾਂ ਧਮਾਕਿਆਂ ਤੇ ਕੀ ਕਹਿਣਾ ਤੇ ਕੀ ਇਸ ਵਿੱਚ ਇਹਨਾਂ ਦੇ ਵਿੱਚ ਕਿਸੇ ਚੀਨੀ ਨਾਗਰਿਕ ਨੂੰ ਨੁਕਸਾਨ ਪਹੁੰਚਿਆ ਤਾਂ ਬੁਲਾਰੇ ਨੇ ਕਿਹਾ ਕਿ ਕਾਬੁਲ 에어ਪੋਰਟ ਦੇ ਨੇੜੇ ਹੋਏ ਧੁਮਾਕਿਆਂ ਵਿੱਚ ਭਾਰੀ ਜਾਨਮਾਲ ਦੀ ਨੁਕਸਾਨ ਹਾਨੀ ਹੋਈ ਹੈ ਤੇ ਉਸ ਹਾਨੀ ਤੋਂ ਉਸ ਹਾਦਸੇ ਤੋਂ ਬਾਅਦ ਚੀਨ ਹੈਰਾਨ ਹੈ ਅਤੇ ਨਿੰਦਿਆ ਕਰਦਾ ਹੈ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਕ ਤਾਲਿਬਾਨ ਨੇ ਅਮਰੀਕਾ ਨੂੰ 31 ਅਗਸਤ ਦੀ ਡੈਡਲਾਈਨ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਆਪਣੀ ਕੂਟਨੀਤਿਕ ਮੌਜੂਦਗੀ ਬਣਾਈ ਰੱਖਣ ਦੇ ਲਈ ਕਿਹਾ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਅਮਰੀਕਾ ਇਸ ਪ੍ਰਸਤਾਵ ਤੇ ਹਾਲੇ ਵਿਚਾਰ ਕਰ ਰਿਹਾ ਪਰ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਜੇ ਅਮਰੀਕਾ ਅਫਗਾਨਿਸਤਾਨ ਦੇ ਵਿੱਚ ਰੁਕਣ ਦਾ ਫੈਸਲਾ ਲੈਂਦਾ ਤਾਂ ਕਾਬੁਲ ਸਥਿਤ ਅਮਰੀਕੀ ਦੂਤਾਵਾਸ ਆਪਣਾ ਕੰਮ ਕਰਨਾ ਸ਼ੁਰੂ ਕਰ ਸਕੇਗਾ ਪਾਕਿਸਤਾਨੀ ਫੌਜ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਅਫਗਾਨਿਸਤਾਨ ਦੇ ਹਾਲਾਤਾਂ ਤੇ ਜਾਣਕਾਰੀ ਦਿੱਤੀ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਦੇ ਜਿਹੜੇ ਡੀਜੀ ਹੈਗੇ ਨੇ ਮੇਜਰ ਜਨਰਲ ਬਾਬਰ ਇਫਤਿਹਾਰ ਨੇ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਤੇ ਕੁਝ ਹੋ ਸਕਦਾ ਪਰ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਅਸੀਂ ਤਿਆਰ ਹਾਂ ਉਹਨਾਂ ਦਾ ਕਹਿਣਾ ਸੀ ਕਿ ਅਫਗਾਨਿਸਤਾਨ ਦੇ ਵਿੱਚ ਫੌਜੀ ਹਾਲਾਤ ਬਹੁਤ ਤੇਜ਼ੀ ਦੇ ਨਾਲ ਬਦਲੇ ਨੇ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਇੰਨੀ ਤੇਜ਼ੀ ਦੇ ਨਾਲ ਹਾਲਾਤ ਬਦਲ ਜਾਣਗੇ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਤੇ 78 ਕ੍ਰਾਸਿੰਗ ਪੁਆਇੰਟ ਨੇ ਹਾਲਾਤਾਂ ਨੂੰ ਦੇਖਦੇ ਹੋਏ ਸਿਰਫ 17 ਕ੍ਰਾਸਿੰਗ ਪੁਆਇੰਟਸ ਨੂੰ ਹੀ ਆਵਾਜਾਈ ਦੇ ਲਈ ਖੋਲਿਆ ਗਿਆ ਤਾਂ ਕਿ ਜਿਹੜੀ ਚੰਗੀ ਤਰ੍ਹਾਂ ਸਹੀ ਕੰਟਰੋਲ ਅਤੇ ਉੱਥੇ ਪ੍ਰਬੰਧ ਹੋ ਸਕੇ ਉਹਨਾਂ ਦੱਸਿਆ ਕਿ ਸਰਹੱਦ ਤੋਂ ਸਿਰਫ ਉਹਨਾਂ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦੇ ਕੋਲ ਵੈਲਿਡ ਦਸਤਾਵੇਜ਼ ਹੈਗੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਵਪਾਰ ਦੇ ਲਈ ਸਿਰਫ 5 ਕ੍ਰਾਸਿੰਗ ਪੁਆਇੰਟ ਹੀ ਚਾਲੂ ਰੱਖੇ ਗਏ ਨੇ ਬਾਕੀ 73 ਨੂੰ ਬੰਦ ਕਰ ਦਿੱਤਾ ਗਿਆ ਹੈ ਅਫਗਾਨਿਸਤਾਨ ਤੋਂ ਬਾਅਦ ਇੱਕ ਅਹਿਮ ਖਬਰ ਕੈਨੇਡਾ ਤੋਂ ਹੈ ਜਿੱਥੇ ਚੋਣ ਮੁਹਿੰਮ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੀ ਇੱਕ ਚੋਣ ਰੈਲੀ ਨਰਾਜ਼ ਪ੍ਰਦਰਸ਼ਨਕਾਰੀਆਂ ਦੇ ਕਰਕੇ ਮਜਬੂਰ ਹੋ ਕੇ ਰੱਦ ਕਰਨੀ ਪਈ 온ਟਾਰੀਓ ਦੇ ਬੋਲਟਨ ਦੇ ਵਿੱਚ ਜਸਟਿਨ ਟਰੂਡੋ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨ ਹੀ ਵਾਲੇ ਸੀ ਪਰ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਉਹਨਾਂ ਦੀ ਇਹ ਚੋਣ ਰੈਲੀ ਰੱਦ ਕਰ ਦਿੱਤੀ ਗਈ ਇਸ ਤੋਂ ਪਹਿਲਾਂ ਕਿ ਟਰੂਡੋ ਆਪਣਾ ਸੰਬੋਧਨ ਸ਼ੁਰੂ ਕਰਦੇ ਦਰਜਨਾ ਪ੍ਰਦਰਸ਼ਨਕਾਰੀ ਰੈਲੀ ਵਾਲੀ ਥਾਂ ਦੇ ਕੋਲ ਇੱਕਠੇ ਹੋ ਗਏ ਤੇ ਟਰੂਡੋ ਦੇ ਖਿਲਾਫ ਨਾਰੇਬਾਜ਼ੀ ਕਰਨ ਲੱਗੇ ਸ਼ੁੱਕਰਵਾਰ ਨੂੰ ਉਹਨਾਂ ਦੀ ਰੈਲੀ 2 ਘੰਟੇ ਦੀ ਦੇਰੀ ਨਾਲ ਸ਼ੁਰੂ ਹੋਈ ਪਰ ਫਿਰ ਵੀ ਰੱਦ ਕਰਨੀ ਪਈ ਤੇ ਪ੍ਰਧਾਨ ਮੰਤਰੀ ਟਰੂਡੋ ਦੀ ਕੈਂਪੇਨ ਬੱਸ ਨੂੰ ਪੁਲਿਸ ਸੁਰੱਖਿਆ ਦੇ ਵਿੱਚ ਹੀ ਰੈਲੀ ਵਾਲੀ ਥਾਂ ਤੋਂ ਬਾਹਰ ਲਿਜਾਣਾ ਪਿਆ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਦੱਸਦਾ ਹੈ ਕਿ ਮਹਾਮਾਰੀ ਲੋਕਾਂ ਤੇ ਕਿਸ ਮੁਸ਼ਕਿਲ ਦੇ ਨਾਲ ਗੁਜ਼ਰੀ ਹੈ ਉਹਨਾਂ ਕਿਹਾ ਕਿ ਸਾਡੇ ਸਾਰਿਆਂ ਦੇ ਲਈ ਇਹ ਮੁਸ਼ਕਿਲ ਭਰਿਆ ਸਾਲ ਸੀ ਜੋ ਸਾਥੀ ਵਿਰੋਧ ਕਰ ਰਹੇ ਨੇ ਉਹਨਾਂ ਦੇ ਲਈ ਇਹ ਮੁਸ਼ਕਿਲ ਭਰਿਆ ਸਾਲ ਰਿਹਾ ਹੋਏਗਾ ਮੈਂ ਜਾਣਦਾ ਤੇ ਕਿ ਉਹਨਾਂ ਦਾ ਗੁੱਸਾ ਉਹਨਾਂ ਦੀ ਨਿਰਾਸ਼ਾ ਤੇ ਸ਼ਾਇਦ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਖਦਸ਼ੇ ਨੇ ਉਹਨਾਂ ਨੂੰ ਮੈਂ ਮਹਿਸੂਸ ਕਰ ਸਕਦਾ ਹਾਲੀ ਦੇ ਦਿਨਾਂ ਵਿੱਚ ਦੇਖਿਆ ਗਿਆ ਕਿ ਜਸਟਨ ਟਰੂਡੋ ਦੀਆਂ ਚੋਣ ਰੈਲੀਆਂ ਦੇ ਬਾਹਰ ਪ੍ਰਦਰਸ਼ਨਕਾਰੀ ਇਕੱਠੇ ਹੋ ਜਾਂਦੇ ਨੇ ਇਹ ਉਹ ਲੋਕ ਨੇ ਜੋ ਕਰੋਨਾ ਵੈਕਸੀਨ ਅਤੇ ਸਰਕਾਰੀ ਪਾਬੰਦੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਕੈਨੇਡਾ ਦੇ ਵਿੱਚ ਸਮੇਤ ਤੋਂ 2 ਸਾਲ ਪਹਿਲਾਂ ਹੀ ਆਉਣ ਵਾਲੀ 20 ਸਤੰਬਰ ਨੂੰ ਨਵੀਂ ਸਰਕਾਰ ਦੇ ਗਠਨ ਦੇ ਲਈ ਵੋਟਾਂ ਪਾਈਆਂ ਜਾਣਗੀਆਂ ਬੁਲੇਟਿਨ ਦੇ ਵਿੱਚ ਕੁਝ ਵੱਡੀਆਂ ਖਬਰਾਂ ਪੂਰੇ ਭਾਰਤ ਤੋਂ ਅਸਾਮ ਤੋਂ ਸਭ ਤੋਂ ਪਹਿਲੀ ਖਬਰ ਹੈ ਜਿੱਥੇ 243 ਪਿੰਡ ਹੜ੍ਹਾਂ ਦੀ ਲਪੇਟ ਦੇ ਵਿੱਚ ਨੇ 133000 ਤੋਂ ਵੱਧ ਲੋਕ ਇਹਨਾਂ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਹੜ੍ਹਾਂ ਦੇ ਕਾਰਨ ਅਸਾਮ ਦੇ ਕਈ ਇਲਾਕਿਆਂ ਦੇ ਵਿੱਚ ਹਾਲਾਤ ਗੰਭੀਰ ਬਣੇ ਹੋਏ ਨੇ ਸੂਬੇ ਦੇ ਵਿੱਚ 243 ਪਿੰਡ ਪੂਰੀ ਤਰ੍ਹਾਂ ਦੇ ਨਾਲ ਹੜ੍ਹ ਦੇ ਪਾਣੀ ਦੀ ਲਪੇਟ ਵਿੱਚ ਨੇ ਅਸਾਮ ਸੂਬਾ ਆਫਤ ਪ੍ਰਬੰਧਨ ਵਿਭਾਗ ਦੀ ਜਾਣਕਾਰੀ ਦੇ ਮੁਤਾਬਕ ਸੂਬੇ ਦੇ 11 ਜ਼ਿਲ੍ਹਿਆਂ ਦੇ ਵਿੱਚ ਆਏ ਹੜ੍ਹ ਇਸ ਕਾਰਨ 133000 ਤੋਂ ਵੱਧ ਲੋਕ ਨੇ ਜਿਹੜੇ ਉਹ ਬੇਕਾਰ ਹੋ ਗਏ ਨੇ ਜਾਂ ਫਿਰ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਨੇ ਤੇ ਉੱਥੋਂ ਜਿਹੜੀਆਂ ਮੌਤਾਂ ਦੀਆਂ ਜਾਣਕਾਰੀਆਂ ਵੀ ਆ ਰਹੀਆਂ ਨੇ ਅਗਲੀ ਖਬਰ ਮਹਾਨਗਰੀ ਮੁੰਬਈ ਦੇ ਲਈ ਬੜੀ ਚਿੰਤਾ ਵਾਲੀ ਹੈ ਸਾਲ 2050 ਤੱਕ ਨਰੀਮਨ ਪੁਆਇੰਟ ਸਣੇ ਕਈ ਇਲਾਕਿਆਂ ਦਾ ਨਾਮੋ ਨਿਸ਼ਾਨ ਮਿਟ ਜਾਏਗਾ ਸਮੁੰਦਰ ਦੇ ਵਿੱਚ ਡੁੱਬਣ ਵਾਲੀ ਹੈ ਮੁੰਬਈ ਮੁੰਬਈ ਦੇ ਨਗਰ ਨਿਗਮ ਦੇ ਕਮਿਸ਼ਨਰ ਇਕਬਾਲ ਸਿੰਘ ਚਾਲ ਨੇ ਸ਼ਹਿਰ ਦੇ ਲਈ ਇਹ ਭਿਆਨਕ ਭਵਿੱਖਬਾਣੀ ਕੀਤੀ ਹੈ ਉਹਨਾਂ ਕਿਹਾ ਕਿ 2050 ਤੱਕ ਦੱਖਣੀ ਮੁੰਬਈ ਦਾ ਵੱਡਾ ਹਿੱਸਾ ਜਿਦੇ ਵਿੱਚ ਵਪਾਰਿਕ ਜ਼ਿਲ੍ਹਾ ਨਰੀਮਨ ਪੁਆਇੰਟ ਅਤੇ ਸੂਬਾ ਸਕੱਤਰੇਤ ਮੰਤ్రਾਲਾ ਸ਼ਾਮਲ ਨੇ ਸਮੁੰਦਰ ਦਾ ਪਾਣੀ ਵਧਣ ਕਾਰਨ ਪਾਣੀ ਦੇ ਵਿੱਚ ਡੁੱਬ ਜਾਣਗੇ ਮਹਾਰਾਸ਼ਟਰ ਦੇ ਵਾਤਾਵਰਣ ਤੇ ਸੈਰ ਸਪਾਟਾ ਮੰਤਰੀ ਅਦਿੱਤਿਆ ਠਾਕਰੇ ਵੱਲੋਂ ਮੁੰਬਈ ਜਲਵਾਯੂ ਕਾਰਜ ਯੋਜਨਾ ਅਤੇ ਇਸਦੀ ਵੈੱਬਸਾਈਟ ਦੇ ਉਦਘਾਟਨ ਮੌਕੇ ਚਾਹਲ ਨੇ ਕਿਹਾ ਕਿ ਸ਼ਹਿਰ ਦੇ ਦੱਖਣੀ ਮੁੰਬਈ ਵਿੱਚ ABC ਅਤੇ D ਵਾਰਡਾਂ ਦਾ 70% ਹਿੱਸਾ ਜਲਵਾਯੂ ਤਬਦੀਲੀ ਦੇ ਕਾਰਨ ਪਾਣੀ ਵਿੱਚ ਡੁੱਬ ਜਾਏਗਾ। ਉਨ੍ਹਾਂ ਕਿਹਾ ਕਿ ਕੁਦਰਤ ਚੇਤਾਵਨੀਆਂ ਦੇ ਰਹੀ ਹੈ। ਜੇ ਲੋਕ ਨਾ ਜਾਗੇ ਤਾਂ ਹਾਲਾਤ ਖਤਰਨਾਕ ਹੋ ਜਾਣਗੇ। ਚਾਹਲ ਨੇ ਕਿਹਾ ਕਿ ਕਾਫ ਪਰੇਡ ਨਰੀਮਨ ਪੁਆਇੰਟ ਅਤੇ ਮੰਤਰਾਲੇ ਵਰਗੇ 80% ਦੇ ਇਲਾਕੇ ਪਾਣੀ ਦੇ ਵਿੱਚ ਹੋਣਗੇ ਜਿਸ ਦਾ ਮਤਲਬ ਹੈ ਕਿ ਉਹ ਗਾਇਬ ਹੋਣ ਆ ਰਹੇ ਨੇ ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਜਾਏਗਾ ਸੋ ਹੁਣ 2021 ਸਾਲ ਚੱਲ ਰਿਹਾ ਹੈ 19 ਸਾਲਾਂ ਤੋਂ ਬਾਅਦ ਮੁੰਬਈ ਹੈ ਜਿਹੜੀ ਉਹ ਸਮੁੰਦਰ ਦੇ ਵਿੱਚ ਡੁੱਬ ਜਾਏਗੀ ਜਾਂ ਕਹਿ ਲਈਏ ਕਿ ਮੁੰਬਈ ਦਾ ਕੁਛਕ ਹਿੱਸਾ ਸਮੁੰਦਰ ਵਿੱਚ ਡੁੱਬ ਜਾਏਗਾ ਕੁਝ ਇਲਾਕੇ ਪੂਰੀ ਤਰ੍ਹਾਂ ਦੇ ਨਾਲ ਸਮੁੰਦਰ ਦੇ ਵਿੱਚ ਮਿਲ ਜਾਣਗੇ ਬੜੀ ਚਿੰਤਾ ਵਾਲੀ ਖਬਰ ਹੈ ਤੇ ਵੱਡੀ ਖਬਰ ਹੈ ਪੱਛਮੀ ਬੰਗਾਲ ਤੋਂ ਖਬਰ ਹੈ ਜਿੱਥੇ ਸੋਸ਼ਲ ਮੀਡੀਆ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਕਲਕੱਤਾ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈਅਰ ਸਟ੍ਰੀਟ ਥਾਣੇ ਨੇ ਪੀਐਸਜੀ ਰਿਸਰਚ ਸਕਾਲਰ ਤਮਲ ਦੱਤਾ ਦੀ ਸ਼ਿਕਾਇਤ ਤੇ ਜੀਵ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਅਰੰਦਮ ਪਟਾਚਾਰੀਆ ਦੇ ਖਿਲਾਫ ਕੇਸ ਦਰਜ ਕੀਤਾ ਹਾਲਾਂਕਿ ਗ੍ਰਿਫਤਾਰੀ ਨਹੀਂ ਹੋਈ ਹੈ ਪ੍ਰੋਫੈਸਰ ਨੇ ਕਿਹਾ ਕਿ ਮੈਂ ਤਾਂ ਤ੍ਰੇਨਮੂਲ ਕਾਂਗਰਸ ਦਾ ਸਮਰਥਕ ਹਾਂ ਤੇ ਮੈਂ ਮਮਤਾ ਦੇ ਖਿਲਾਫ ਕੋਈ ਟਿੱਪਣੀ ਨਹੀਂ ਕੀਤੀ ਹੈ ਐਮਰਜੈਂਸੀ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਧੰਨਵਾਦ